ਨੱਥਖਟ ਵਗਣ ਹਵਾमां ਦੀਵੇ ਡੋਲ ਰਹੀ ਬੱਦਲ ਦੇ ਪਰਸ਼ਾਮੀ ਕਿਹਦੇ ਕੋਲ ਰੱਖੀ ਹਾਜ਼ਰੀਨ ਮੈਂ ਗगन ਖਾਨ ਸਰਕਾਰੀ ਮਿਡਲ ਸਕੂਲ ਚੌਰ ਵਾਲਾ ਜ਼ਿਲ੍ਹਾ ਫਤਿਹਗੜ ਸਾਹਿਬ ਕੀ 8ਵੀਂ ਕਲਾਸ ਵਿੱਚ ਪੜਦਾ ਹਾਂ ਮੇਗੀ ਕਹਿੰਦੇ ਨੇ ਉਹਦੇ ਵੀ ਮੱਛੀ ਨਾ ਜੀਵੇ ਪਾਣੀ ਬਿਨਾ ਕੈਨ ਨਾ ਜੀ ਮੈਂ ਮੇਰੇ ਸਰ ਬਿਨਾ ਇਹ ਮੇਰੇ ਮਾਂ ਨੇ ਸਰ ਇਹਨਾਂ ਨੇ ਮੈਨੂੰ ਬੋਲਣਾ ਸਿਖਾਇਆ ਤੇ ਇਹਨਾਂ ਨੇ ਮੈਨੂੰ ਪੜ੍ਹਨਾ ਸਿਖਾਇਆ ਤੇ ਇਹਨਾਂ ਨੇ ਸਿਸ਼ਟ ਤੇ ਮੈਨੂੰ ਬੋਲਣਾ ਸਿਖਾਇਆ ਖੜਨਾ ਸਿਖਾਇਆ ਸਰ ਨਾਲ ਕਦੋਂ ਮੁਲਾਕਾਤ ਹੋਈ ਸੀ ਪਹਿਲੀ ਪਹਿਲੀ ਮੁਲਾਕਾਤ ਮੈਂ ਇੱਥੇ ਪ੍ਰਾਇਮਰੀ ਚ پڑھਦਾ ਹੁੰਦਾ ਸੀ ਮੈਂ ਕਿਹਾ ਵੀ ਚਲੋ ਮੈਂ ਸਰ ਕੋਲ ਜਾ ਕੇ ਆਵਾਂ ਜਦ ਮੈਂ ਪਹਿਲੀ ਵਾਰ ਗਿਆ ਇਹਨਾਂ ਨੇ ਮੈਨੂੰ ਜੱਪੀ ਪਾਈ ਗੁੱਟ ਕੇ ਤੇ ਮੈਨੂੰ ਇਨਾਂ ਨੇ ਪਿਆਰ ਦਿੱਤਾ ਤੇ ਹੈਂਡਸ਼ੇਕ ਕੀਤਾ ਅੱਛਾ ਤੇ ਮੈਨੂੰ ਚਾਹ ਪਾਣੀ ਦਾ ਨਾਮ ਲਿੰਦੇ ਸੀ ਫਿਰ ਹੁੰਦੀ 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 ਹੋਣ ਲੱਗ ਗਈ ਬੜੇ ਵਧੀਆ ਮੈਸੇਜ ਖਿਗਨ ਦਿੰਦਾ ਹੈ ਕਿਵੇਂ ਇਹਦੀ ਸ਼ੁਰੂਆਤ ਹੋਈ ਤੁਸੀਂ ਸ਼ੁਰੂਆਤ ਕਰਵਾਈ ਇਹ ਮੇਰੀ ਪਹਿਲੀ ਵੀਡੀਓ ਕਿੱਥੋਂ ਸ਼ੁਰੂ ਹੋਈ ਇਹ ਮੇਰੀ ਸਰ ਵੀਡੀਓ ਬਦਲੀ ਕਰਾ ਰਹੇ ਸੀ ਅੱਛਾ ਤੇ ਆ ਗਿਆ ਸੀ ਕਹਿੰਦਾ ਮੈਨੂੰ ਪਤਾ ਲੱਗਿਆ ਸਰ ਤੁਸੀਂ ਟਰਾਂਸਫਰ ਕਰਾ ਰਹੇ ਹੋ ਵੀ ਟਰਾਂਸਫਰ ਨਾ ਕਰਾਓ ਮੈਂ ਗੱਲ ਮੈਂ ਕਰਾਉਂਗਾ ਕਹਣਾ ਜੀ ਤੁਸੀਂ ਟ੍ਰਾਂਸਫਰ ਨਾ ਕਰਾਓ ਨਹੀਂ ਮੈਂ ਆਪਣੀ ਮੰਮੀ ਨੂੰ ਦੱਸੂਗਾ ਰੱਜਾ ਸਰਦਾਰ ਹਰਜੋਤ ਸਿੰਘ ਬੈਂਸ ਜੀ ਉਹਨਾਂ ਕੋਲ ਗਿਆ ਸੀ ਤੇ ਮੈਂ ਉਹਨਾਂ ਨੇ ਕਿਹਾ ਮੈਂ ਕਿਹਾ ਸਰ ਬਦਲੀ ਆਪਲੇ ਹੋਣ ਲਈ ਦੇਣੀ ਹੈ ਅੱਛਾ ਨੱਕਮੇ ਹੁੰਦੇ ਨੇ ਉਹ ਲੋਕ ਜੋ ਸ਼ਿਕਵਾ ਕਰਨਾ ਮਕਤਰਾਂ ਦਾ ਉੱਗਣ ਵਾਲੇ ਦਾ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਸੀਨਾ ਪਾੜ ਕੇ ਪੱਥਰਾਂ ਦਾ ਸਰ ਇਸ ਦਾ ਮਤਲਬ ਹੈ ਵੀ ਆਪਣੀ ਕਿਸਮਤ ਤੇ ਨਾ ਦੋਸਤ ਰੋਇਆ ਕਰੋ ਵੀ ਆਪਣੀ ਕਿਸਮਤ ਤੇ ਜੀਨੇ ਜੀਨੇ ਉਗਣਾ ਹੁੰਦਾ ਤਾਂ ਪੱਥਰ ਤੇ ਵੀ ਉਗ ਪੈਂਦਾ ਮੈਂ ਸੋਚਦਾ ਸੀ ਵੀ ਜੇ ਮੇਰਾ ਕੋਈ ਵੀ ਮੈਂ ਆਪਣੀ ਮੰਮੀ ਨੂੰ ਹੁਣ ਘਰ ਲੈ ਕੇ ਦਮਾਂ ਉਹਨੇ ਮੈਨੂੰ ਇੰਨਾ ਪਾਲਿਆ ਲਖਾਇਆ ਜੀ ਪੜਾਇਆ ਲਖਾਇਆ ਪਾਲਿਆ ਜੀ ਦੁਨੀਆਦਾਰੀ ਦਿਖਾਈ ਤੇ ਸਰ ਹੁਣ ਮੇਰਾ ਹੱਕ ਬਣਦਾ ਕਿ ਮੈਂ ਉਹਨੂੰ ਵੀ ਮੈਂ ਉਹਨਾਂ ਨੂੰ ਨਾ ਇੱਕ ਘਰ ਲੈ ਕੇ ਦਮਾਂ ਕਿੰਨੇ ਪਰਸੈਂਟ ਡਿਸੇਬਲ ਹੈ ਗਗਨ ਗਗਨ ਜੀ ਮਲਟੀ ਡਿਸੇਬਲ ਬੱਚਾ ਹੈ ਜਿਹੜਾ ਇਹਨੂੰ ਇਹਦਾ ਕਾਰਡ ਬਣਿਆ ਜਿਹਦੇ ਵਿੱਚ 95% ਲੋ ਵਿਜ਼ਨ ਹੈ ਵੀ ਵਿਦ ਸਪੈਕਸ ਨੂੰ 5% ਦਿੰਦਾ ਹੈ ਤੇ ਉਸ ਤੋਂ ਬਾਅਦ ਬਹੁਤ ਲੰਮਾ ਟਾਈਮ ਖੜ ਨਹੀਂ ਸਕਦਾ ਬਹੁਤ ਲੰਮਾ ਟਾਈਮ ਤੁਰ ਨਹੀਂ ਸਕਦਾ ਇਹ ਜੇ ਐਵੇਂ ਹੁੰਦਾ ਕਿ ਸੁਭਾਵਕ ਹੀ ਆ ਜਾਂਦਾ ਤੁਸੀਂ ਸੁਭਾਵਕ ਤੌਰ ਤੇ ਬਣਾ ਲੈਨੇ ਹੋ ਅੱਜ ਕਿਉਂ ਆਉਂਦਾ ਮੈਨੂੰ ਹੁੰਦਾ ਹੈ ਕਿ ਜ਼ਿਆਦਾਤਰ ਮੈਂ ਇਹੀ ਗੱਲ ਕਰਨ ਲੱਗਿਆ ਸੀ ਵੀਡੀਓ ਤੇ ਭੱਜਿਆ ਆਉਂਦਾ ਵੀ ਉਹਦੇ ਨੇ ਗੱਲ ਹੀ ਸੁਣਾਉਣੀ ਹੁੰਦੀ ਹੈ ਕੋਈ ਨਾ ਅੱਛਾ ਫਿਰ ਭੱਜਿਆ ਆਉਂਦਾ ਕਿਉਂਕਿ ਤਾਜ਼ੀ-ਤਾਜ਼ੀ ਕੋਈ ਗੱਲ ਸਿੱਖ ਕੇ ਆਇਆ ਹੁੰਦਾ ਹੈ ਫਿਰ ਉਹਨਾਂ ਐਵੇਂ ਸਾਰ ਨੂੰ ਜਾ ਕੇ ਸੁਣਾਦਾ ਵਸ ਉਹ ਵੀ ਉੱਥੇ ਜਾ ਕੇ ਯਾਨੀ ਕਿ ਵੇਟ ਕਰਦਾ ਰਹਿੰਦਾ ਕਦੋਂ ਗੱਡੀ ਆਵੇ ਹਾਂ ਕਦੋਂ ਮਤਲਬ ਉਹ ਗੱਡੀ ਵਾਲਾ ਤਾਂ ਸੀਨ ਹਰ ਰੋਜ਼ ਹੀ ਹੁੰਦਾ ਹੈ ਸਤਿ ਸ਼੍ਰੀ ਅਕਾਲ ਜਗਬਣੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਮਨਪ੍ਰੀਤ ਸਿੰਘ ਕਾਲੋਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਬੱਚਾ ਔਰ ਇੱਕ ਅਧਿਆਪਕ ਬੜੇ ਵਾਇਰਲ ਹੋ ਰਹੇ ਨੇ ਬੇਸ਼ੱਕ ਬੱਚਾ ਸਰੀਰਕ ਤੌਰ ਦੇ ਉੱਪਰ ਡਿਸੇਬਲ ਹੈਗਾ ਪਰ ਬੱਚੇ ਦੀਆਂ ਗੱਲਾਂ ਲੋਕਾਂ ਦੇ ਉੱਪਰ ਬੜਾ ਡੂੰਘਾ ਅਸਰ ਕਰਾਇਆ ਨੇ ਦੋਨੋਂ ਜਿਹੜੇ ਸਾਡੇ ਨਾਲ ਮੌਜੂਦ ਹੈਗੇ ਨੇ ਬੱਚਾ ਔਰ ਅਧਿਆਪਕ ਇਸ ਵੇਲੇ ਅਸੀਂ ਫਤੇਗੜ ਸਾਹਿਬ ਦੇ ਸਕੂਲ ਚੋਰਵਾਲਾ ਦੇ ਸਰਕਾਰੀ ਸਕੂਲ ਦੇ ਵਿੱਚ ਮੌਜੂਦ ਹੈਗੇ ਆ ਗੱਲਬਾਤ ਕਰਦੇ ਆ ਤਾਂ ਅਮਰਿਤਪਾਲ ਔਰ ਗਗਨ ਤੁਹਾਡਾ ਸਵਾਗਤ ਹੈ ਦੋਨਾਂ ਦਾ ਜਗਬਣੀ ਟੀਵੀ ਸਤਿ ਸ਼੍ਰੀ ਅ ਅੱਛਾ ਗਗਨ ਕਿਵੇਂ ਹੋ ਪਹਿਲਾਂ ਤਾਂ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਮੇਜ਼ਬਾਨ ਗਗਨ ਖਾਨ ਤੇ ਮੇਰੇ ਨਾਲ ਸਰ ਨੇ ਮਨਪ੍ਰੀਤ ਕਾਲੋ ਜੀ ਜਗਵਾਨੀ ਟੀਵੀ ਤੋਂ ਤੇ ਸਰ ਮੈਨੂੰ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਠੀਕ ਹੈ ਧੰਨਵਾਦ ਮੈਨੂੰ ਵੀ ਬੜਾ ਵਧੀਆ ਲੱਗਾ ਅੱਛਾ ਬੜੇ ਵਾਇਰਲ ਹੋ ਰਹੇ ਹੋ ਤੁਸੀਂ ਬੜੇ ਫੇਮਸ ਹੋ ਗਏ ਹੋ ਬੜੇ ਲੋਕ ਪਸੰਦ ਕਰ ਰਹੇ ਤੁਹਾਨੂੰ ਦੇਖਦੇ ਹੋ ਹਾਂਜੀ ਸਰ ਬਹੁਤ ਇੰਸਟਾਗ੍ਰam ਵਾਲੇ ਜਿਹੜੇ ਹਾਂ ਵਾਇਰਲਰ ਨੇ ਉਹ ਜਿਹੜੇ ਮੈਨੂੰ ਦੇਖ ਰਹੇ ਨੇ ਉਹ ਮੈਨੂੰ ਕਈ ਵਾਰੀ ਮਿਲੇ ਵੀ ਆ ਅੱਛਾ ਹਾਂਜੀ ਕਿਹੜੀ ਕਲਾਸ ਚ ਪੜ੍ਹਦੇ ਹੋ ਤੁਸੀਂ ਮੈਂ ਇੱਥੇ 8th ਕਲਾਸ ਚ ਪੜ੍ਹਦਾ ਹਾਂ ਕਿੰਨੇ ਸਾਲ ਹੋ ਗਏ ਸਕੂਲ ਦੇ ਵਿੱਚ ਤੇ ਮੈਨੂੰ ਤਕਰੀਬਨ 7 5-6 ਸਾਲ ਹੋ ਗਏ ਜੀ ਅੱਛਾ ਫੇਵਰਟ ਪਰਸਨ ਕੌਣ ਆ ਸਕੂਲ ਦੇ ਵਿੱਚ ਸਰ ਸਾਰੇ ਟੀਚਰ ਨੇ ਅੱਛਾ ਆਪਾਂ ਨੂੰ ਸਾਰੇ ਟੀਚਰ ਤੇ ਜਿਵੇਂ ਕੀ ਕਹਿੰਦੇ ਨੇ ਉਹਦੇ ਵੀ ਮੱਛੀ ਨਾ ਜੀਵੇ ਪਾਣੀ ਬਿਨਾ ਮੈਂ ਨਾ ਜੀ ਮੇਰੀ ਮਾਂ ਮੈਂ ਨਾ ਜੀ ਮੇਰੇ ਸਰ ਵੀ ਨਾ ਅੱਛਾ ਕਿਉਂਕਿ ਇਹ ਮੇਰੇ ਮਾਂ ਨੇ ਸਰ ਅੱਛਾ ਸਰ ਨਾਲ ਸਭ ਤੋਂ ਜ਼ਿਆਦਾ ਬੰਦੀ ਤੁਹਾਡੀ ਹੈ ਨਾ ਸਾਰੇ ਟੀਚਰਾਂ ਨਾਲ ਬੰਦੀ ਹੈ ਸਰ ਹਾਂ ਠੀਕ ਹੈ ਅੱਛਾ ਸਰ ਕਹਿੰਦੇ ਨੇ ਕਿ ਬੱਚੇ ਦੀ ਜ਼ਿੰਦਗੀ ਦੇ ਵਿੱਚ ਅਧਿਆਪਕ ਉਹ ਕਿਰਦਾਰ ਹੁੰਦਾ ਜਿਹੜਾ ਬੱਚੇ ਦੀ ਜ਼ਿੰਦਗੀ ਬਦਲ ਦਿੰਦਾ ਹੈ ਮੈਂ ਚਾਹੁੰਨਾ ਕਿ ਗगन ਦੇ ਨਾਲ ਕਦੋਂ ਮੁਲਾਕਾਤ ਹੋਈ ਤੁਹਾਡੀ ਪਹਿਲੀ ਵਾਰ ਔਰ ਕਿਵੇਂ ਇਹ ਟਿਊਨਿੰਗ ਕਿਵੇਂ ਸੈੱਟ ਹੋਈ ਤੁਹਾਡੀ ਗगन ਬੇਸਿਕਲੀ ਤਾਂ ਮੇਰਾ ਸਟੂਡੈਂਟ ਹੈ ਹੁਣ ਤਾਂ ਪਰ ਸਾਡੇ ਨਾਲ ਹੀ ਸਕੂਲ ਦੇ ਵਿੱਚ ਇੱਕ ਪ੍ਰਾਇਮਰੀ ਕੰਪਲੈਕਸ ਹੈਗਾ। ਤੋ ਉਹਦਾ ਰਸਤਾ ਜਿਹੜਾ ਸਾਡੇ ਸਕੂਲ ਦੇ ਵਿੱਚ ਦੀ ਹੋ ਕੇ ਲੰਘਦਾ ਹੈ। ਅੱਛਾ। ਤਾਂ ਗगन ਅਕਸਰ ਉੱਥੋਂ ਨਹੀਂ ਲੰਘਦਾ ਸੀਗਾ ਸਕੂਲ ਲੱਗਣ ਟਾਈਮ ਵੀ ਤੇ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ। ਤਾਂ ਉਹ ਮਤਲਬ ਸਾਡਾ ਇੱਕ ਟਿਊਨਿੰਗ ਸੀਗੀ ਕਿ ਉਹ ਆਉਂਦੇ ਜਾਂਦੇ ਅਸੀਂ ਹੈਂਡਸ਼ੇਕ ਕਰਦੇ ਸੀ ਮਿਲਦੇ ਸੀਗੇ। ਅੱਛਾ। ਤੇ ਇਹਨੂੰ ਬੜਾ ਚਾਹ ਸੀਗੇ ਕਿ ਮੈਂ ਕਦੋਂ ਇਸ ਮਿਡਲ ਸਕੂਲ 'ਚ ਆਵਾਂ। ਤੇ ਉਹ ਦਿਨ ਆਇਆ ਤੋ ਉਦੋਂ ਤੋਂ ਲੈ ਕੇ ਮਤਲਬ ਅਸੀਂ ਲਗਾਤਾਰ ਇਕੱਠੇ ਆ। ਮਤਲਬ ਕਿ ਐਜੇ ਇਹ ਸਟੂਡੈਂਟ ਹੈ ਤੇ ਮੈਂ ਇਹਦਾ ਟੀਚਰ ਅੱਛਾ ਆਈਡੀਆ ਕਿਵੇਂ ਆਇਆ ਕਿ ਬੜੇ ਵਧੀਆ ਮੈਸੇਜ ਗगन ਦਿੰਦਾ ਹੈ ਕਿਵੇਂ ਇਹਦੀ ਸ਼ੁਰੂਆਤ ਹੋਈ ਤੁਸੀਂ ਸ਼ੁਰੂਆਤ ਕਰਵਾਈ ਮੈਨੂੰ ਲੱਗਦਾ ਹੈ ਕਿ ਨਾ ਜਿਹੜੇ ਇਸ ਤਰ੍ਹਾਂ ਦੇ ਕੁਝ ਬੱਚੇ ਹੁੰਦੇ ਨੇ ਜਿਹੜੇ ਕੁਦਰਤ ਤੌਰ ਤੇ ਸਰੀਰਕ ਬੇਬਸੀਆਂ ਦਾ ਸ਼ਿਕਾਰ ਹੋ ਜਾਂਦੇ ਨੇ ਬੇਸ਼ੱਕ ਇਹਨਾਂ ਦਾ ਆਪਣਾ ਕੋਈ ਰੋਲ ਨਹੀਂ ਹੈਗਾ ਉਹਨਾਂ 'ਚ ਤਾਂ ਸਾਨੂੰ ਲੱਗਦਾ ਸੀ ਇਹ ਗगन ਸਾਡੇ ਇਹਦੀ ਕੁਦਰਤ ਵੱਲੋਂ ਇਹਦੇ بیس ਬਹੁਤ ਅੱਛਾ ਹੈ ਇਹਨੂੰ ਬੋਲਣ ਦਾ ਅੰਦਾਜ਼ ਇਹਦਾ ਬਹੁਤ ਅੱਛਾ ਹੈ اسی طرح ਹੀ ਬੈਠੇ ਬੈਠੇ ਮਤਲਬ ਕਿ ਅਸੀਂ ਵੀਡੀਓ ਪਾਈ ਇਹਦੀ ਤੇ ਬਹੁਤ ਅੱਛਾ ਬੁਲਾਰਾ ਵੀ ਹੈ ਤਾਂ ਬਹੁਤ ਵਾਇਰਲ ਹੋਈ ਮਤਲਬ ਕਿ ਉਸ ਤੋਂ ਬਾਅਦ ਇਹਨੇ ਬਹੁਤ ਹੀ ਕਿਉਂਕਿ ਬਹੁਤ ਹੀ ਨਾ ਮੋਟੀਵੇਸ਼ਨਲ ਗੱਲਾਂ ਕਰਦਾ ਠੀਕ ਹੈ ਤੇ ਦੂਸਰਿਆਂ ਨੂੰ ਇਨਸਪਾਇਰ ਕਰਦਾ ਹੈ ਇਹਦੀ ਆਵਾਜ਼ ਅਪੀਲ ਕਰਦੀ ਹੈ ਤਾਂ ਇਸੇ ਇੱਕ ਸਬਬ ਸੀ ਕਿ ਅਸੀਂ ਇਹਨੂੰ ਵਾਇਰਲ ਵਾਇਰਲ ਹੋਣ ਲੱਗ ਗਿਆ ਤੇ ਹੁਣ ਇਹ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਿੱਖ ਕੇ ਆਉਂਦਾ ਤੇ ਚਿੰਗਰੇ ਦੇ ਅੰਦਰ ਹੈ ਕਿ ਮੈਂ ਕੁਝ ਨਾ ਕੁਝ ਸਿੱਖਦਾ ਰਵਾਂ ਸਰ ਇਹ ਪਤਾ ਕੀ ਹੋਇਆ ਇਹ ਮੇਰੀ ਪਹਿਲੀ ਵੀਡੀਓ ਕਿੱਥੋਂ ਸ਼ੁਰੂ ਹੋਈ ਇਹ ਮੇਰੀ ਸਰ ਵੀਡੀਓ ਬਦਲੀ ਕਰਾ ਰਹੇ ਸੀ ਅੱਛਾ ਨਾ ਗਿਆ ਮੈਂ ਕਿ ਸਰ ਵੀ ਬਦਲੀ ਨਾ ਕਰਾਇਓ ਦੇਖੋ ਵੀ ਮੈਂ ਆਪਣੀ ਮੰਮੀ ਨੂੰ ਪਾਉਂਗਾ ਹਾਂ ਫਿਰ 4 ਦਿਨ ਤੱਕ ਮੈਂ ਬਿਮਾਰ ਰਿਆ ਅੱਛਾ 4 ਦਿਨ ਤੱਕ ਬਿਮਾਰ ਇੰਦਾ ਰਹਿੰਦਾ ਫਿਰ ਮੇਰੀ ਮੰਮੀ ਨੇ ਕਿਹਾ ਵੀ ਸਰ ਇੱਕ ਹੀ ਚੱਕਰ ਕਰਵਾ ਰਹੇ ਮੈਂ ਘਰੇ ਜਾ ਕੇ ਕਿਹਾ ਅੱਛਾ ਬਿਸਰਾ ਘਮ ਹੋ ਰਹੇ ਨੇ ਸਰ ਮੰਮੀ ਕਹਿੰਦੇ ਵੀ ਇਹ ਕੀ ਕੰਮ ਕਰ ਰਹੇ ਹੋ ਵੀ ਤੁਸੀਂ ਯੂਰਤ ਜਾਣ ਲੱਗਿਓ ਸਮਝ ਜਿੱਦ ਕਿ ਮੈਂ ਕਿਹਾ ਵੀ ਸਰ ਮੈਨੂੰ ਛੱਡ ਕੇ ਜਾ ਰਹੇ ਨੇ ਅੱਛਾ ਫਿਰ ਮੈਂ ਮੈਨੂੰ ਕਿਹਾ ਮम्मा ਫਿਰ ਇਹ ਇਹਨਾਂ ਦੇ ਕੋਲ ਆਏ ਕਹਿੰਦੇ ਵੀ ਆਹ ਕੰਮ ਨਹੀਂ ਕਰਨਾ ਹਾਂ ਹਾਂਜੀ ਮਤਲਬ ਜਿਹੜੀ ਪਹਿਲੀ ਵੀਡੀਓ ਸੀ ਉਹ ਸਵੱਬੀ ਬਣੀ ਸੀ ਅੱਛਾ ਅ ਇਦਾਂ ਹੀ ਕਿਤੇ ਮੋਬਾਈਲ ਦਾ ਕੈਮਰਾ ਆਨ ਰਹਿ ਗਿਆ ਉਹਦੇ ਵਿੱਚ ਇਹਨੂੰ ਕਿਤੇ ਪਤਾ ਲੱਗ ਗਿਆ ਕਿ ਮੈਂ ਬੱਚੇ ਨੂੰ ਕਿਹਾ ਕਿ ਮੈਂ ਟਰਾਂਸਫਰ ਭਾਈ ਭਰੂੰਗਾ ਇਤਕੀ ਅੱਛਾ ਤੇ ਆ ਗਿਆ ਜੀ ਕਹਿੰਦਾ ਮੈਨੂੰ ਪਤਾ ਲੱਗਿਆ ਸਰ ਤੁਸੀਂ ਟਰਾਂਸਫਰ ਕਰਾ ਰਹੇ ਹੋ ਮੈਂ ਟਰਾਂਸਫਰ ਨਾ ਕਰਾਏ ਹੋ ਮੈਂ ਕਿਹਾ ਵੀ ਮੈਂ ਕਰਾਉਂਗਾ ਕਹਿੰਦਾ ਜੀ ਤੁਸੀਂ ਟਰਾਂਸਫਰ ਨਾ ਕਰਾਏ ਨੇ ਮੈਂ ਆਪਣੀ ਮੰਮੀ ਨੂੰ ਦੱਸੂ ਮੇਰਾ ਅੱਛਾ ਉਹ ਬਹੁਤ ਲੋਕਾਂ ਨੇ ਲਾਈਕ ਕੀਤੀ ਦੇਖਣ ਵਾਲਿਆਂ ਨੂੰ ਬੜੀ ਪਸੰਦ ਆਈ ਅੱਛਾ ਗਗਨ ਤੁਹਾਨੂੰ ਦੱਸਿਆ ਸੀ ਕਿਸੇ ਨੇ ਕਿ ਸਰ ਟਰਾਂਸਫਰ ਕਰਾ ਰਹੇ ਨੇ ਸਰ ਬੱਚੇ ਗਾਪੋਂਦੇ ਫਿਰਤੀ ਸੀ ਅੱਛਾ ਜੀ ਸਰ ਬਦਲੀ ਕਰਾ ਰਹੇ ਆ ਰੋਕਲੀ ਫਿਰ ਸਰ ਦੀ ਬਦਲੀ ਹਾਂਜੀ ਮੈਂ ਪਿਛਲੇ ਦਿਨੇ ਬ੍ਰੇਕਫਾਸਟ ਕਰਕੇ ਆਇਆ ਸੀਗਾ ਸਿੱਖਿਆ ਮੰਤਰੀ ਨਾਲ ਆਪਣੇ ਜੋ ਕੇ ਪੰਜਾਬ ਦੇ ਸਿੱਖਿਆ ਮੰਤਰੀ ਨੇ ਇਹ ਉਹ ਏਆਈ ਸੀ ਨੇ ਤੇ ਉਹ ਸਰਦਾਰ ਹਰਜੋਤ ਸਿੰਘ ਬੈਂਸ ਜੀ ਉਹਨਾਂ ਕੋਲ ਗਿਆ ਸੀ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਸਰ ਬਦਲੀ ਆਪਣੀ ਹੋਣੀ ਨਹੀਂ ਦੇਣੀ ਹੈ ਅੱਛਾ ਯਾਨੀ ਕਿ ਸਿੱਖਿਆ ਮੰਤਰੀ ਤੁਸੀਂ ਸ਼ਿਕਾਇਤ ਲਾਏ ਫਰਮਾਇਸ਼ ਲਾਤੀ ਅੰਡੀ ਜੀ ਇਹ ਬਦਲੀ ਕਰਵਾਉਣ ਲੱਗੇ ਆ ਵੀ ਜੇ ਉਹ ਕਰਨੀ ਆ ਬਦਲੀ ਵੀ ਮੈਂ ਤਾਂ ਵੀ ਨਹੀਂ ਹੋਣ ਦੇਣੀ ਹਾਂ ਅੱਛਾ ਫੇਰ ਰੋਕਤੀ ਸਰ ਨੇ ਹਾਂ ਅੱਛਾ ਸਰ ਬੜੇ ਵਧੀਆ ਇਹ ਮੈਸੇਜ ਦਿੰਦਾ ਹਨਾ ਗਗਨ ਇਹ ਫਿਰ ਤੁਸੀਂ ਆਪ ਇਹਨਾਂ ਨੂੰ ਲਾਈਨਾਂ ਦਿੰਨੇ ਹੋ ਕੱਢ ਕੇ ਕਿ ਜਾਂ ਇਹ ਮੈਸੇਜ ਖੁਦ ਵੀ ਲੈ ਆਉਂਦਾ ਇਹਨਾਂ ਇਹ ਬਹੁਤ ਵੱਡਾ ਰੇਡੀਓ ਦਾ ਸਰੋਤ ਹੈ ਬਹੁਤ ਸਾਰਾ ਰੇਡੀਓ ਸੁਣਦਾ ਬਹੁਤ ਲੰਬਾ ਟਾਈਮ ਵੀ ਸੁਣਦਾ ਕਿਉਂਕਿ ਇਹ ਇਹਨੂੰ ਇਹਦੀ ਪ੍ਰੋਬਲਮ ਇਹ ਹੈ ਕਿ 95% ਲੋ ਵੀਜ਼ਨ ਦਾ ਬੱਚਾ ਹੈ ਠੀਕ ਹੈ ਤੇ ਜਿਹਦੇ ਕਰਕੇ ਟੀਵੀ ਤੇ ਮੋਬਾਈਲ ਇਹਨੂੰ ਦੇਖਣਾ ਹਲਾਉ ਨਹੀਂ ਹੈਗਾ ਤਾਂ ਇਹਨੂੰ ਸੁਣਨਾ ਹੀ ਹਲਾਉ ਹੈ ਇਸ ਕਰਕੇ ਰੀਡਿਊਸ ਹੁੰਦਾ ਹੈ ਇਸ ਦਾ ਰੀਡਿਊਸ ਤੋਂ ਬਹੁਤ ਸਾਰੀਆਂ ਚੀਜ਼ਾਂ ਕੈਚ ਕਰਦਾ ਕੁਝ ਇਹਦੇ ਅੰਦਰ ਇਸ ਤਰ੍ਹਾਂ ਦਾ ਹੈ ਕਿ ਇਸ ਮੈਨੂੰ ਕੁਝ ਨਾ ਕੁਝ ਸਿਖਾਉ ਕੁਝ ਅਸੀਂ ਵੀ ਸਿਖਾਉਨੇ ਆ ਕੁਝ ਆਪਣੇ ਯਾਰਾ ਮਿੱਤਰਾਂ ਨੂੰ ਕਿਤਾਬ ਲੈ ਜਾਂਦਾ ਲਾਇਬ੍ਰੇਰੀ ਚੋਂ ਵੀ ਇਹਨੂੰ ਪੜ੍ਹ ਕੇ ਸੁਣਾਉ ਫਿਰ ਉਹਦੇ ਚੋਂ ਅੱਛੇ ਕੋਟ ਇਹਦੇ ਨੋਟ ਕਰ ਲੈਂਦਾ ਹੁਣ ਇਹਨੂੰ ਟੈਕਨੀਕ ਆ ਗਈ ਹੈ ਕਿ ਕਿਹੜੀ ਚੀਜ਼ ਮੈਨੂੰ ਅੱਛੀ ਲੱਗਦੀ ਹੈ ਤੇ ਇਦਾਂ ਮਤਲਬ ਕਿ ਇਹ ਉਸ ਤਰ੍ਹਾਂ ਦੀਆਂ ਕਈ ਵਾਰ ਤਾਂ ਅਚਨਚੇਤ ਇਸ ਤਰ੍ਹਾਂ ਦੀਆਂ ਚੀਜ਼ਾਂ ਕਰ ਦਿੰਦਾ ਕਿ ਸਾਨੂੰ ਵੀ ਹੈਰਾਨ ਕਰ ਦਿੰਦਾ ਜਿਵੇਂ ਛੁੱਟੀ ਟਾਈਮ ਇਹਨੇ ਇੱਕ ਗੱਲ ਸੁਣਾਉਣੀ ਸੁਣਾਉਣੀ ਆ ਰੋਕ ਕੇ ਗੱਡੀ ਰੋਕ ਕੇ ਸਰ ਸੁਣ ਕੇ ਜਾਓ ਇੱਕ ਵਾਰ ਇਹਨਾਂ ਮੈਂ ਇੱਕ ਬੋਲਣਾ ਚਾ ਰਿਆਂ ਸਹਿਬ ਜਾਦਾਂ ਬਾਰੇ ਤੇ ਸਰ ਕੁਰਬਾਨੀ ਕਿਸ ਨੂੰ ਕਹਿੰਦੇ ਨੇ ਕੁਰਬਾਨੀ ਕਿਸ ਨੂੰ ਕਹਿੰਦੇ ਨੇ ਛੋਟੇ ਛੋਟੇ ਵੱਡੇ ਸਹਿਬ ਜਾਦਾਂ ਤੋਂ ਪੁੱਛੋ ਬਲੀਦਾਨ ਕਿਸ ਨੂੰ ਕਹਿੰਦੇ ਨੇ ਮਾਤਾ ਗੁਜਰੀ ਜੀ ਤੋਂ ਪੁੱਛੋ ਸ਼ਹਾਦਤ ਕਿਸ ਨੂੰ ਕਹਿੰਦੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਪੁੱਛੋ ਸ਼ਹਾਦਤ ਕਿਸ ਨੂੰ ਕਹਿੰਦੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਪੁੱਛੋ ਸਰਵਸਵਾਰਨਾ ਕਿਸ ਨੂੰ ਕਹਿੰਦੇ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਤੋਂ ਪੁੱਛੋ ਹਾਂ ਸ਼ਾਬਾਸ਼ ਅੱਛਾ ਇਹ ਫਿਰ ਸਰ ਤੁਸੀਂ ਦਿਨੇ ਉਹ ਇਹਨਾਂ ਨੂੰ ਬੱਚਿਆਂ ਨੂੰ ਪੜ੍ਹਾਉਨੇ ਹੋ ਹਾਂ ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਜਿਹੜੀਆਂ ਮਤਲਬ ਕਿ ਵੈਸੇ ਤਾਂ ਅਸੀਂ ਜ਼ਿਆਦਾਤਰ ਸਾਡੇ ਸਿਲੇਬਸ ਨਾਲ ਸੰਬੰਧਿਤ ਚੀਜ਼ਾਂ ਹੁੰਦੀਆਂ ਨੇ ਜਾਂ ਮੋਟੀਵੇਸ਼ਨਲ ਵਿਚਾਰ ਨੇ ਮੋਟੀਵੇਸ਼ਨਲ ਕੋਟ ਨੇ ਜਿਹੜੇ ਸਾਡੇ ਸਕੂਲ ਚ ਆਲੇ-ਦਾਲੇ ਅਸੀਂ ਚਾਹੁੰਦੇ ਹਾਂ ਕਿ ਬੱਚੇ ਨੂੰ ਇਨਸਪਾਇਰ ਕਰਨ ਉਦਾਂ ਸੀ ਨੂੰ ਸਿਖਾਉਂਦੇ ਰਹਿੰਦੇ ਬਾਕੀ ਬੱਚਿਆਂ ਨੂੰ ਵੀ ਇਕੱਲੇ ਨੂੰ ਨਹੀਂ ਬਾਕੀ ਬੱਚਿਆਂ ਨੂੰ ਵੀ ਸਾਡੇ ਨੂੰ ਬਹੁਤ ਸਾਰੇ ਕੋਟ ਆਉਂਦੇ ਨੇ ਤੇ ਪਰ ਇਹ ਹੈ ਕਿ ਇਹ ਆਪਦੇ ਕੋਲੋਂ ਵੀ ਬਹੁਤ ਸਾਰੀਆਂ ਚੀਜ਼ਾਂ ਸਿੱਖਣੀਆਂ ਅੱਛਾ ਗਗਨ ਸਭ ਤੋਂ ਵੱਧ ਦਿਲ ਕਿੱਥੇ ਲੱਗਦਾ ਘਰੇ ਕਿ ਸਕੂਲ ਸਰ ਸਕੂਲ 'ਚ ਲੱਗਦਾ ਅੱਛਾ ਸਕੂਲ ਮੈਨੂੰ ਆ ਕੇ ਬਹੁਤ ਵਧੀਆ ਲੱਗਦਾ ਮੈਂ ਹੱਸਦਾ ਖੇਡਦਾ ਸਰਕਲ ਬੈਨਾ ਅੱਛਾ ਤੇ ਮੈਨੂੰ ਬਹੁਤ ਅੱਛਾ ਸਕੂਲ ਲੱਗਦਾ ਸਰ ਤੁਹਾਡੇ ਗੁਰੂ ਵੀ ਨੇ ਤੇ ਮੈਨੂੰ ਲੱਗਦਾ ਯਾਰ ਵੀ ਨੇ ਹਨਾ ਦੋਨੇ ਵਿੱਚ ਬਿਲਾ ਕੇ ਆ ਅੱਛਾ ਘਰੇ ਕੌਣ-ਕੌਣ ਆ ਫਿਰ ਤੁਹਾਡੇ ਸਰ ਮੇਰੇ ਮਮਾ ਐ ਤੇ ਮੇਰੇ ਨਾਨੀ ਨੇ ਅਸੀਂ ਦੋਨੇ ਕਰਾਇਏ ਪਰ ਐਨੇ ਆ ਅੱਛਾ ਤੇ ਮੈਂ ਸੋਚਦਾ ਸੀ ਵੀ ਜੇ ਮੇਰਾ ਕੋਈ ਵੀ ਮੈਂ ਆਪਣੀ ਮੰਮੀ ਨੂੰ ਹੁਣ ਘਰ ਲੈ ਕੇ ਦਮਾਂ ਉਹਨੇ ਮੈਨੂੰ ਇੰਨਾ ਪਾਲਿਆ ਲਖਾਇਆ ਜੀ ਪੜਾਇਆ ਲਖਾਇਆ ਪਾਲਿਆ ਜੀ ਦੁਨੀਆਦਾਰੀ ਦਿਖਾਈ ਤੇ ਸਰ ਹੁਣ ਮੇਰਾ ਹੱਕ ਬਣਦਾ ਕਿ ਮੈਂ ਉਹਨੂੰ ਵੀ ਮੈਂ ਉਹਨਾਂ ਨੂੰ ਨਾ ਇੱਕ ਘਰ ਲੈ ਕੇ ਦਮਾਂ ਇੱਕ ਘਰ ਲੈ ਕੇ ਤੇ ਉਹਨਾਂ ਨੂੰ ਮੈਂ ਆਪਣਾ ਸਾਰਾ ਸਮਾਨ ਲੈ ਕੇ ਦਮਾਂ ਨੇੜੇ ਉਹਨਾਂ ਨੂੰ ਚਾਇਦਾ ਹੋਵੇ ਮੇਰੀ ਇੱਛਾ ਮੰਨਦੀ ਹੈ ਵੀ ਉਹਨਾਂ ਨੇ ਮੈਨੂੰ ਕੰਮ ਕਰਕੇ ਮੇਰੀ ਕੇਅਰ ਕੀਤੀ ਅੱਛਾ ਇਹ ਚੰਗੀ ਗੱਲ ਹੈ ਤਾਂ ਵਧੀਆ ਤੁਸੀਂ ਲੈ ਕੇ ਦੋਗੇ ਜੇ ਮਿਹਨਤ ਕਰਦੇ ਪਿਓ ਅੱਛਾ ਸਰ ਫਿਰ ਜਿਵੇਂ ਫਾਈਨੈਂਸ਼ੀਅਲ ਕੰਡੀਸ਼ਨ ਵੀ ਤੁਸੀਂ ਦੱਸਿਆ ਕਿ ਬਹੁਤੀ ਵਧੀਆ ਨਹੀਂ ਹੈ ਹਨਾ ਗगन ਦੇ ਪਰਿਵਾਰ ਦੀ ਕਿੰਨੇ ਪਰਸੈਂਟ ਡਿਸੇਬਲ ਹੈ ਗगन ਗगन ਜੀ ਮਲਟੀ ਡਿਸੇਬਲ ਬੱਚਾ ਹੈ ਜਿਹੜਾ ਇਹਨੂੰ ਇਹਦਾ ਕਾਰਡ ਬਣਿਆ ਜਿਹਦੇ ਵਿੱਚ 95% ਲੋ ਵਿਜ਼ਨ ਹੈ ਵੀ ਵਿਦ ਸਪੈਕਸ ਨੂੰ 5% ਦਿੰਦਾ ਤੇ ਉਸ ਤੋਂ ਬਾਅਦ ਬਹੁਤ ਲੰਮਾ ਟਾਈਮ ਖੜ ਨਹੀਂ ਸਕਦਾ ਬਹੁਤ ਲੰਮਾ ਟਾਈਮ ਤੁਰ ਨਹੀਂ ਸਕਦਾ ਤੇ ਘਰ ਦੇ ਹਾਲਾਤ ਬਹੁਤ ਨਾਜ਼ੁਕ ਨੇ ਮਦਰ ਨੇ ਇਹਨਾਂ ਦੇ ਉਹ ਵਿਚਾਰੇ ਕੰਮ ਕਰਦੇ ਨੇ ਇਧਰ ਉਧਰ ਤੇ ਇਹਦੀ ਇੱਕ ਪੈਨਸ਼ਨ ਹੀ ਹੈ 2500 ਰੁਪਏ ਜੋ ਸਰਕਾਰ ਵੱਲੋਂ ਇਹਨਾਂ ਬੱਚਿਆਂ ਨੂੰ ਲੱਗਦੀ ਹੈ ਉਹੀ ਇਹਨਾਂ ਦੀ ਗੁਜ਼ਾਰੇ ਦਾ ਇੱਕ ਸਾਧਨ ਹੈਗਾ ਜਿਵੇਂ ਐਨਕ ਲਾਈ ਹੋਈ ਹੈ ਐਨਕ ਲਗਾ ਕੇ ਵੀ 5% ਹੀ ਦਿਸਦਾ ਹਾਂ ਵਿਦ ਐਨਕ ਨੂੰ 5% ਅੱਛਾ ਵਿਦਆਊਟ ਐਨਕ ਮਤਲਬ ਕਿ ਅੱਖਰ ਜਿਹੜੇ ਆਪਾਂ ਕਿਤਾਬਾਂ ਤੇ ਲਿਖੇ ਨੇ ਜੋ ਉਹਨਾਂ ਦਾ ਫਾਰਮੈਟ ਹੈ ਉਹ ਇਹਨੂੰ ਇੱਥੇ ਕਰਕੇ ਦਿੰਦਾ ਹੈ ਮਤਲਬ ਇੰਨਾ ਡਿਸਟੈਂਸ ਹੀ ਕਵਰ ਕਰ ਦਈਏ ਜੀ ਫੇਰ ਜਿਵੇਂ ਬਾਕੀ ਸਾਰੇ ਨਾਰਮਲ ਬੱਚੇ ਨੇ ਉਹਨਾਂ ਦੇ ਵਿੱਚ ਕਿਵੇਂ ਤੁਸੀਂ ਸਟੱਡੀ ਕਰਾਉਣੀ ਹੋ ਗਗਨ ਨੂੰ ਸਰ ਇਹਦੇ ਨਾਲ ਇਹਨੂੰ ਐਗਜ਼ਾਮਿਨੇਟ ਕਰਨ ਦਾ ਹੈ ਇਹਦਾ ਸਮਝ ਆਧਾਰਤ ਹੀ ਫਾਰਮੂਲਾ ਹੈ ਮਤਲਬ ਕਿ ਇਸ ਬੱਚੇ ਨੂੰ ਜਿਹੜਾ ਅਸੀਂ ਐਗਜ਼ਾਮ ਕਰਦੇ ਆ ਉਹ ਸਿਰਫ ਸਮਝ ਦੇ ਆਧਾਰ ਤੇ ਕਰਦੇ ਆ ਇਹ ਬੱਚਾ ਸਿੱਖਦਾ ਸਮਝੀਦਾ ਹੈ ਮਤਲਬ ਕਹਿਣ ਦਾ ਭਾਵ ਹੈ ਕਿ ਇਹ ਪੜਦਾ ਨਹੀਂ ਲਿਖਦਾ ਨਹੀਂ ਸਮਝਦਾ ਸਾਰੀਆਂ ਚੀਜ਼ਾਂ ਨੂੰ ਤਾਂ ਸਰਕਾਰ ਵੱਲੋਂ ਇੱਕ ਇਸ ਤਰ੍ਹਾਂ ਦੇ ਬੱਚਿਆਂ ਨੂੰ ਪ੍ਰਵੀਜ਼ਨ ਹੁੰਦੀ ਹੈ ਕਿ ਇਹਨਾਂ ਨੂੰ ਰਾਈਟਰ ਦਿੱਤਾ ਜਾਂਦਾ ਹੈ ਇਹਨਾਂ ਦੇ ਪੇਪਰ ਰਾਈਟਰ ਕਰਦਾ ਪਰ ਬੋਲ ਕੇ ਇਹ ਦੱਸਦੇ ਨੇ ਉਹਨਾਂ ਨੂੰ ਆਬਜੈਕਟਿਵ ਟਾਈਪ ਮਤਲਬ ਕਿ ਆਪਸ਼ਨਲ ਹੁੰਦੀਆਂ ਨੇ ਚੀਜ਼ਾਂ ਉਹ ਸਿਲੇਬਸ ਦੇ ਵਿੱਚੋਂ ਹੀ ਆਪਸ਼ਨਲ ਸਵਾਲ ਆਉਂਦੇ ਨੇ ਤੇ ਉਹ ਬੱਚਾ ਪੜ੍ਹਦਾ ਤੇ ਉਹਦਾ ਆਨਸਰ ਦਿੰਦੇ ਨੇ ਉਹਨੂੰ ਟਿਕ ਕਰਦਾ ਇਹ ਮਤਲਬ ਇਹਨਾਂ ਦਾ ਇੱਕ ਪੈਟਰਨ ਅੱਛਾ ਜਿਵੇਂ ਫਿਰ ਬਾਕੀ ਸਾਰੇ ਨਾਰਮਲ ਬੱਚਿਆਂ ਦੇ ਵਿੱਚ ਜਦੋਂ ਗੱਗਾ ਸਟੱਡੀ ਕਰਦਾ ਫਿਰ ਉਹਨਾਂ ਬੱਚਿਆਂ ਦੇ ਨਾਲ ਤਾਲਮੇਲ ਠੀਕ ਰਹਿੰਦਾ ਹਾਂ ਬਹੁਤ ਖੂਬ ਕਿਉਂਕਿ ਇਹ ਪਤਾ ਬਿਲਕੁਲ ਵੀ ਸ਼ਰਾਰਤੀ ਨਹੀਂ ਹੈ ਕਿਸੇ ਤਰਿਕਾ ਨਾਲ ਨਾ ਹੀ ਮਤਲਬ ਕਿ ਇਹਨੂੰ ਇਹ ਹੁੰਦਾ ਕਿ ਮੈਂ ਜਿਆਦਾ ਤੋਂ ਜਿਆਦਾ ਸਿੱਖਾਂ ਮੈਨੂੰ ਜਿਆਦਾ ਤੋਂ ਜਿਆਦਾ ਪਤਾ ਲੱਗ ਜੇ ਤਾਂ ਇਸ ਕਰਕੇ ਆਈਕਿਊ ਲੈਵਲ ਬਹੁਤ ਹੈ ਬਾਕੀ ਬੱਚਿਆਂ ਦੇ ਮੁਕਾਬਲ ਤਾਂ ਇਹਦਾ ਆਈਕਿਊ ਲੈਵਲ ਬਹੁਤ ਜ਼ਿਆਦਾ ਹੈ ਇਸ ਕਰਕੇ ਹਰ ਕਲਾਸ ਦੇ ਵਿੱਚੋਂ ਮਤਲਬ ਇਹਨੇ ਜਿਹੜੀ ਚੀਜ਼ ਅਸੀਂ ਬੋਲਦੇ ਆ ਅਸੀਂ ਹੁਣ ਥੋੜਾ ਸਮਝ ਗਏ ਆ ਜਦੋਂ ਅਸੀਂ ਪੜ੍ਹਾਉਨੇ ਆ ਤਾਂ ਆਪਣੇ ਸਬਜੈਕਟ ਨੂੰ ਵਿਜ਼ੂਅਲਾਈਜ਼ੇਸ਼ਨ ਕਰਦੇ ਆ ਮਤਲਬ ਸ਼ਬਦਾਂ ਨਾਲ ਹੀ ਜਿੱਦਾਂ ਕ੍ਰੇਡੀਓ ਤੇ ਚੱਲਦਾ ਹੈ ਅੱਜਕੱਲ੍ਹ ਦੇਖਦੇ ਆ ਤਾਂ ਇਹ ਉਹਨਾਂ ਤਰੀਕੇ ਨਾਲ ਸਮਝ ਆਉਂਦਾ ਸਾਰੀਆਂ ਚੀਜ਼ਾਂ ਦਾ ਤੇ ਉਸ ਤੋਂ ਬਾਅਦ ਜਦੋਂ ਅਸੀਂ ਰਿਵਾਈਜ਼ ਕਰਦੇ ਹਾਂ ਤਾਂ ਇਹਨੂੰ ਸਾਰੀਆਂ ਚੀਜ਼ਾਂ ਦਾ ਪਤਾ ਹੁੰਦਾ ਜਿਹੜੀਆਂ ਚੀਜ਼ਾਂ ਅੱਛਾ ਸਿੱਖ ਪੜਾਈਆਂ ਜਾਂਦੀਆਂ ਨੇ। ਕਹਿੰਦੇ ਨਾ ਘਰੋਂ ਫਿਰ ਤੁਸੀਂ ਇਕੱਲੇ ਆਉਨੇ ਹੋ ਕਿ ਨਾਲ ਆਉਨੇ ਕਿਸੇ ਦੇ? ਘਰ ਤੋਂ ਤਾਂ ਮੈਂ ਇਕੱਲਾ ਹੀ ਆਉਣਾ ਜੀ। ਤੇ ਮੈਂ ਜਦੋਂ ਛੋਟਾ ਹੁੰਦਾ ਸੀ ਫਿਰ ਮੇਰੇ ਮਮਾ ਛੱਡ ਕੇ ਜਾਂਦੇ ਸੀ। ਅੱਛਾ ਸਰ ਨਾਲ ਕਦੋਂ ਮੁਲਾਕਾਤ ਹੋਈ ਸੀ ਪਹਿਲੀ? ਸਰ ਪਹਿਲੀ ਮੁਲਾਕਾਤ ਮੈਂ ਇੱਥੇ ਪ੍ਰਾਇਮਰੀ ਚ ਪੜਦਾ ਹੁੰਦਾ ਸੀ। ਅੱਛਾ ਆਪਣਾ ਸਾਡਾ ਪ੍ਰਾਇਮਰੀ ਸਕੂਲ ਲੈਣਾ ਜੀ। ਇੱਥੋਂ ਮੇਰੀ ਮੁਲਾਕਾਤ ਹੁੰਦੀ ਹੁੰਦੀ ਤੇ ਮੈਂ ਸਰ ਨੂੰ ਪਹਿਲੇ ਦੋਸਤ ਤੁਸੀਂ ਗਏ ਮੇਰੇ ਸਰ ਅੱਛਾ ਤੇ ਮੈਂ ਪਹਿਲੀ ਵਾਰ ਵਾਸਤਾ ਰੱਖਿਆ ਹੋਇਆ ਸੀ ਅੱਛਾ ਤੇ ਉਸ ਤੋਂ ਬਾਅਦ ਕੀ ਹੋਇਆ ਮੈਂ ਦੇਖਿਆ ਮੇ ਸਰ ਕੋਲ ਜਾ ਕੇ ਆਨਾ ਅੱਛਾ ਪਹਿਲੀ ਵਾਰ ਜਦ ਮੈਂ ਛੋਟਾ ਹੁੰਦਾ ਸੀ ਚਲੋ ਕਿੰਨੇ ਸਾਲ ਹੋ ਗਏ ਇਹਨਾਂ ਨੂੰ ਮਤਲਬ ਤਰ ਤਕਰੀਬਨ 50 ਸਾਲ ਤਾਂ ਹੋ ਗਏ ਜੀ ਇਹਨਾਂ ਨੂੰ ਪੂਰੇ ਅੱਛਾ ਮੈਂ ਕਿਹਾ ਵੀ ਜਦੋਂ ਮੈਂ ਸਰ ਕੋਲ 10 ਸਾਲ ਹੋ ਗਏ 10 ਸਾਲੇ ਹੋ ਗਏ 10 ਸਾਲ ਤਾਂ ਮੰਨ ਕੇ ਜਲ ਮੈਂ ਕਿਹਾ ਵੀ ਚਲੋ ਮੈਂ ਸਰ ਕੋਲ ਜਾ ਕੇ ਆਮਾ ਜਦ ਮੈਂ ਪਹਿਲੀ ਵਾਰ ਗਿਆ ਇਹਨਾਂ ਨੇ ਮੈਨੂੰ ਜੱਫੀ ਪਾਈ ਘੁੱਟ ਕੇ ਤੇ ਮੈਨੂੰ ਇਹਨਾਂ ਨੇ ਪਿਆਰ ਦਿੱਤਾ ਤੇ ਹੈਂਡਸ਼ੇਕ ਕੀਤਾ ਅੱਛਾ ਤੇ ਮੈਨੂੰ ਚਾਹ ਪਾਣੀ ਦਾ ਨਾਮ ਲਿੰਦੇ ਸੀ ਅੱਛਾ ਫਿਰ ਉਸ ਤੋਂ ਬਾਅਦ ਫਿਰ ਹੁੰਦੀ 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 ਹੋਣ ਲੱਗ ਗਈ ਅੱਛਾ ਯਾਰੀ ਪੱਕੀ ਹੋ ਗਈ ਫਿਰ ਹੁਣ ਫਿਰ 8ਵੀਂ ਚ ਹੋ ਗਏ ਉਹ ਆਹੀ ਸਾਲ ਰਹਿ ਗਿਆ ਫਿਰ ਮਿਸ ਕਰੋਗੇ ਸਰ ਨੂੰ ਨਹੀਂ ਸਰ ਆਂਦਾ ਜਾਂਦਾ ਮਿਲ ਕੇ ਜਾਇਆ ਕਰੂੰਗਾ ਅੱਛਾ ਦਾ ਮੈਂ 10 ਮਿੰਟ ਲਈ ਟਾਈਮ ਕੱਢਾਂ ਪਰ ਆਉਂਦਾ ਜਾਂਦਾ ਮੈਂ ਮਿਲ ਕੇ ਜਾਇਆ ਕਰੂੰਗਾ। ਹਾਂ। ਅੱਛਾ ਤੁਸੀਂ ਉੱਥੇ ਭਾਸ਼ਣ ਦਿੱਤਾ ਸੀਗਾ ਇੱਕ ਹਨਾ ਤੁਹਾਨੂੰ ਸਿੱਖਿਆ ਮੰਤਰੀ ਨੇ ਵੀ ਅਪਰੀਸ਼ੀਏਟ ਕੀਤਾ ਸੀਗਾ। ਮੈਂ ਚਾਹੁੰਨਾ ਕਿ ਉਹਦੀਆਂ ਦੋ ਲਾਈਨਾਂ ਜਰੂਰ ਸੁਣਾਓ ਤੁਸੀਂ। ਜਰੂਰ ਸਰ। ਹਾਂ। ਨੱਥ ਖਟ ਵਗਣ ਹਵਾमां ਦੀਵੇ ਡੋਲ ਰਹੀ ਬੱਦਲ ਦੇ ਪਰਸ਼ਾਵੇਂ ਕਿਹਦੇ ਕੋਲ ਰਹੀ ਪਤਾ ਨਹੀਂ ਕਿਸ ਤਾਰੇ ਨਾਲੋਂ ਟੁੱਟੇ ਹਾਂ। ਨਾ ਤਿੰਨ ਖੁੰਝੇ ਨਾ ਚੌਰਸ ਨਾ ਗੋਲ ਰਹੀ ਨਾ ਤਿੰਨ ਖੁੰਜੇ ਨਾ ਚਾਰਸ ਨਾ ਗੋਲ ਰਹਿ। ਹਾਜ਼ਰੀਨ ਮੈਂ ਗगन ਖਾਨ ਸਰਕਾਰੀ ਮਿਡਲ ਸਕੂਲ ਚੌਰ ਵਾਲਾ ਜ਼ਿਲ੍ਹਾ ਫਤਿਹਗੜ ਸਾਹਿਬ ਵਿਕੇ 8ਵੀਂ ਕਲਾਸ ਵਿੱਚ ਪੜਦਾ ਹਾਂ। ਅੱਜ ਮੇਰੇ ਬੋਲਣ ਦਾ ਵਿਸ਼ਾ ਹੈ ਜ਼ਿੰਦਗੀ ਜ਼ਿੰਦਾਬਾਦ। ਦੋਸਤੋ ਬਾਗਾਂ ਵਿੱਚ 100 ਤਰ੍ਹਾਂ ਦੇ ਫੁੱਲ ਹੁੰਦੇ ਹਨ। ਕੋਈ ਕਿਸੇ ਨਾਲ ਨਹੀਂ ਮਿਲਦਾ। ਕਿਸੇ ਦਾ ਰੰਗ ਬਕਰਾਂ ਹੁੰਦਾ ਹੈ ਤੇ ਕਿਸੇ ਦੀ ਖੁਸ਼ਬੂ ਬਕਰੀ ਹੁੰਦੀ ਹੈ ਤੇ ਕਿਸੇ ਦੀ ਉਮਰ ਬਕਰੀ ਹੁੰਦੀ ਹੈ। ਪਰ ਹਰ ਫੁੱਲ ਬਹੁਤ ਪਿਆਰਾ ਹੁੰਦਾ ਹੈ ਇਸੇ ਤਰ੍ਹਾਂ ਇਸ ਧਰਤੀ ਤੇ 800 ਕਰੋੜ ਲੋਕ ਹਨ ਧਰਤੀ ਇੱਕ ਬਾਗ ਦੀ ਤਰ੍ਹਾਂ ਹੈ ਤੇ 800 ਕਰੋੜ ਲੋਕ ਇਸਦੇ ਫੁੱਲ ਹਨ ਹਰੇਕ ਮਨੁੱਖ ਦਾ ਆਪਣਾ ਰੰਗ ਹੈ ਆਪਣੀ نسل ਹੈ ਆਪਣੇ ਗੁਣ ਹਨ ਆਪਣੇ ਔਗਣ ਹਨ ਆਪਣੇ ਨੈਣ ਨਕਸ਼ਾ ਹਨ ਅਤੇ ਆਪਣੇ ਗਿਆਨ ਹੈ ਕਿਸੇ ਨਾਲ ਕਿਸੇ ਦਾ ਕੋਈ ਮੁਕਾਬਲਾ ਨਹੀਂ ਹੁੰਦਾ ਪਰ ਅਫਸੋਸ ਪਰ ਅਫਸੋਸ ਇਹ ਹੈ ਕਿ ਕੁਦਰਤਾਂ ਕਿਸੇ ਨਾਲ ਕਿਸੇ ਦਾ ਮੁਕਾਬਲਾ ਨਹੀਂ ਕਰਦੀ ਪਰ ਸਾਂਝਾ ਹੋਇਆ ਮਨੁੱਖ ਆ ਮੁਕਾਬਲੇ ਦੀ ਦੌੜ ਤੇ ਲੱਗ ਚੁੱਕਾ ਹੈ। ਉਹ ਕਿਸੇ ਛੋਟੇ ਕਦਮਾਂ ਨਾਲ ਕਰਕੇ ਚੜਾਉਂਦਾ ਹੈ। ਕਿਸਦੇ ਪਾਸ ਹੋਣ ਤੇ ਹੱਸਦਾ ਹੈ। ਕਿਸਦੇ ਨੈਣ ਨਕਸ਼ੇ ਤੇ ਤਾਨੇ ਗਸਦਾ ਹੈ। ਪਰ ਕਿਸੇ ਨਾਲ ਦਸਤ ਬਟਾਉਣ ਦੀ ਕੋਸ਼ਿਸ਼ ਨਹੀਂ ਕਰਦਾ। ਮੈਂ ਵੀ ਇਸ ਬਾਗ ਦਾ ਸੋਨਾ ਫੁੱਲ ਹਾਂ। ਮੈਂ ਵੀ ਖੜਨਾ ਚਾਹੁੰਦਾ ਹਾਂ। ਮੈਂ ਮੈਕਣਾ ਚਾਹੁੰਦਾ ਹਾਂ। ਮੈਂ ਟੈਕਣਾ ਚਾਹੁੰਦਾ ਹਾਂ। ਮੈਂ ਵੀ ਆਪਣੀ ਜ਼ਿੰਦਗੀ ਸੋਹਣੇ ਤਰੀਕੇ ਨਾਲ ਬਸਰ ਕਰਨੀ ਚਾਹੁੰਦਾ ਹਾਂ। ਪਰ ਅਕਸਰ ਪਰ ਅਕਸਰ ਸਮਾਜ ਮੇਰੇ ਵਰਗੇ ਨੂੰ ਦਰਕਾਰ ਦਿੰਦਾ ਹੈ। ਕਈ ਵਾਰੀ ਮੇਰਾ ਮੁਜਾਕੜਾ ਜਾਂਦਾ ਹੈ ਕਈ ਵਾਰੀ ਮੈਨੂੰ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ ਪਰ ਉਸ ਵਕਤ ਮੈਂ ਬਹੁਤ ਉਦਾਸ ਹਤਾਸ਼ ਨਿਰਾਸ਼ ਹੋ ਜਾਂਦਾ ਹਾਂ ਕਿ ਆਖਰ ਸਮਾਜ ਸਾਡੇ ਨਾਲ ਜਿਆ ਕਿਉਂ ਕਰਦਾ ਹੈ ਪਰ ਜਦ ਕੋਈ ਮੇਰੀ ਮਦਦ ਕਰਦਾ ਹੈ ਮੇਰੇ ਨਾਲ ਦੋਸਤੀ ਕਰਦਾ ਹੈ ਮੈਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਜਾਂ ਫਿਰ ਮੇਰੇ ਜ਼ਰੂਰਤਾਂ 'ਤੇ ਧਿਆਨ ਦਿੰਦਾ ਹੈ ਜਾਂ ਫਿਰ ਉਹਨਾਂ ਨੂੰ ਪੂਰਿਆ ਕਰਨ ਵਿੱਚ ਮੇਰੀ ਮਦਦ ਕਰਦਾ ਹੈ ਤਾਂ ਫਿਰ ਮੇਰਾ ਜੀ ਕਰਦਾ ਹੈ ਤਾਂ ਫਿਰ ਮੇਰਾ ਜੀ ਕਰਦਾ ਹੈ ਕਿ ਸੁਪਨੇ ਤੇ ਕਾਸ਼ ਵਿੱਚ ਮੈਂ ਉੱਚੀਆਂ ਉਡਾਰੀਆਂ ਭਰਾਂ ਦੁਨੀਆ ਦੀ ਹਰ ਨਿਆਤ ਨੂੰ ਸੱਜਦਾ ਕਰਾਂ ਇਹ ਮਦਦਾਂ ਭਾਵੇਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਅਫਸੋਸ ਰੂਮਾ ਸਕਾਲਰਸ਼ਿਪਾਂ ਮੈਡੀਕਲ ਕੈਂਪਾਂ ਜਾਂ ਫਿਰ ਇਹ ਕਿੱਦਾਂ ਦੇ ਰੂਪ ਚ ਹੀ ਕਿ ਆਉਣਾ ਹੁਣ ਮੈਨੂੰ ਤੇ ਮੇਰੇ ਵਰਗੇ ਨੂੰ ਜ਼ਿੰਦਗੀ ਜਉਣ ਦਾ ਨਮਰ ਸਾਸ ਕਰਵਾਉਂਦੀਆਂ ਨੇ ਮੈਂ ਵਾਦਾ ਕਰਦਾ ਤੁਹਾਡੇ ਨਾਲ ਮੈਂ ਵਾਦਾ ਕਰਦਾ ਹਾਂ ਤੁਹਾਡੇ ਨਾਲ ਕਿ ਮੈਂ ਆਪਣੇ ਸਰੀਰ ਦੀ ਕਮਜ਼ੋਰੀਆਂ ਨੂੰ ਆਪਣੀ ਬੇਪਸੀਨੀ ਨਹੀਂ ਬਣਦਾਗਾ ਤੇ ਮੈਂ ਸੁਪਨੇ ਦੇ ਰਾਸ਼ ਵਿੱਚ ਖੁੱਲਕੇ ਪਰਵਾਜ਼ ਪਰਾਗਾ ਅਤੇ ਤੁਹਾਡੇ ਸਹਿਯੋਗ ਨਾਲ ਮੈਂ ਵੀ ਕੰਮ ਦੇ ਬਹੁਤ ਹੋ ਕੇ ਦਿਖਾਵਾਂਗਾ ਮੇਰੀ ਤਾਕਤ ਮੇਰਾ ਮਾਣ ਮੈਂ ਵੀ ਇੱਕ ਦਿਨ ਬਣੂ ਮਹਾਨ ਮੈਂ ਵੀ ਇੱਕ ਦਿਨ ਬਣੂ ਮਹਾਨ ਇਹ ਸਿਆਸ ਨਾਲ ਜਿੰਦਗੀ ਜਿੰਦਾਬਾਦ ਬਸ ਆਖਰ ਚੇਹੀ ਕਹਿਣਾ ਚਾਹੁੰਦਾ ਹਾਂ ਜੇ ਪੱਤ ਚੜਾਈ ਤਾਂ ਫੇਰ ਕੀਏ ਜੇ ਪੱਤ ਚੜਾਈ ਤਾਂ ਫੇਰ ਕੀਏ ਤੂੰ ਅਗਲੀ ਜ਼ਰੂਰਤ ਤੇ ਯਕੀਨ ਰੱਖੀ ਮੈਂ ਲੱਭ ਕੇ ਕੀਤ ਲਿਆਉਣਾ ਕੱਲ ਬਾ ਦੋ ਫੁੱਲਾ ਜੋਗੀ ਜ਼ਮੀਨ ਰੱਖੀ ਤੂੰ ਫੁੱਲਾ ਜੋਗੀ ਜ਼ਮੀਨ ਰੱਖੀ ਇਹ ਸਿਆਸ ਨਾਲ ਤੁਹਾਡਾ ਸਾਰਾ ਇਸ ਲਈ ਤੁਹਾਡਾ ਸਾਰਾ ਬਹੁਤ ਬਹੁਤ ਧੰਨਵਾਦ ਸ਼ਾਬਾਸ਼ ਵਾਕਿਆ ਜਿੰਦਗੀ ਜਿੰਦਾਬਾਦ ਆ ਹੌਸਲਾ ਬੜਾ ਹੈ अच्छा सर मेनू बच्चे दी लाइनਾਂ ਤੋਂ ਯਾਦ ਆ ਗਈ ਇੱਕ ਗੱਲ ਹੈ ਕਿ ਜਿਵੇਂ ਬੱਚਾ ਕਹਿੰਦਾ ਕਿ ਜਦੋਂ ਬੱਚੇ ਸਕੂਲਾਂ ਦੇ ਵਿੱਚ ਆਉਂਦੇ ਨੇ ਹਾਲਾਂਕਿ ਦੂਜੇ ਵੀ ਤਾਂ ਬੱਚੇ ਹੀ ਹੁੰਦੇ ਨੇ ਵੈਸੇ ਕਈ ਵਾਰੀ ਮਜ਼ਾਕ ਜੇਕਰ ਕੋਈ ਕਮਜ਼ੋਰ ਹੋਏ ਸਰੀਰਕਤਾ ਮਜ਼ਾਕ ਬਣਾ ਲੈਂਦੇ ਨੇ ਬੱਚੇ ਤਾਂ ਬੱਚੇ ਨਿਰਾਸ਼ ਹੋ ਜਾਂਦੇ ਨੇ ਇਹ ਵੀ ਫੇਸ ਕੀਤੀਆਂ ਗੱगन ਚੀਜ਼ਾਂ ਇਸ ਤਰ੍ਹਾਂ ਦੇ ਬੱਚੇ ਸਮਾਜ 'ਚ ਹੈਗੇ ਨੇ ਜਿਨ੍ਹਾਂ ਨੂੰ ਕੁਦਰਤ ਵੱਲੋਂ ਇਹ ਡਿਸੇਬਲ ਬੱਚੇ ਨੇ ਕੁਝ ਊਣੇ ਨੇ ਅਧੂਰੇ ਨੇ ਕੁਝ ਇਹਨਾਂ 'ਚ ਨਾਰਮਲ ਨਹੀਂ ਹੈਗਾ ਕੁਦਰਤ ਵੱਲੋਂ ਦਿੱਤਾ ਹੈ ਪਰ ਅਕਸਰ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਬੱਚਿਆਂ ਨੂੰ ਨਾ ਬੜੇ ਕਮੈਂਟ ਕੀਤੇ ਜਾਂਦੇ ਨੇ ਕੋਈ ਮੰਦ ਬੁੱਧੀ ਕਹਿ ਕੇ ਕਦੇ ਅਪੰਗ ਕਹਿ ਕੇ ਕਦੇ ਮੂਰਖ ਕਹਿ ਕੇ ਮੈਂ ਹਮ ਬਸ ਇਹੀ ਬੇਨਤੀ ਕਰਨਾ ਚਾਹੁੰਨਾ ਕਿ ਘੱਟੋ ਘੱਟ ਇਹਨਾਂ ਬੱਚਿਆਂ ਨੂੰ ਕਿਉਂਕਿ ਬਹੁਤ ਜਜ਼ਵਤੀ ਬੱਚੇ ਨੇ ਜਜ਼ਵਾਬ ਇਹਨਾਂ ਦੇ ਆਮ ਬੱਚਿਆਂ ਵਰਗੇ ਨੇ ਆਮ ਲੋਕਾਂ ਵਰਗੇ ਨੇ ਉਸ ਤੋਂ ਵੀ ਜ਼ਿਆਦਾ ਨੇ ਘੱਟੋ ਘੱਟ ਇਸ ਤਰ੍ਹਾਂ ਦੇ ਸ਼ਬਦ ਲਿਖਣ ਬੋਲਣ ਤੇ ਤੋਂ ਵਰਜਤ ਹੋਣਾ ਚਾਹੀਦਾ ਮਤਲਬ ਘਟੋ ਘਟ ਇੰਨਾ ਸ਼ਬਦਾਂ ਦੀ ਵਰਤੋਂ ਕਰਨੀ ਸਾਨੂੰ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਬਹੁਤ ਫੀਲ ਕਰਦੇ ਨੇ ਬੱਚੇ ਇਦਾਂ ਦੇ ਸ਼ਬਦ ਇਹਨਾਂ ਲਈ ਬਹੁਤ ਸਾਰੇ ਹੋਰ ਸ਼ਬਦ ਨੇ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਵਰਤ ਸਕਦੇ ਆ ਆਮ ਆਪਣੀ ਰੁਟੀਨ ਲਾਈਫ ਦੇ ਵਿੱਚ ਖਾਸ ਕਰਕੇ ਸਕੂਲਾਂ ਦੇ ਵਿੱਚ ਵੀ ਨਹੀਂ ਬਿਲਕੁਲ ਨਹੀਂ ਵਰਤਨੇ ਚਾਹੀਦੇ ਜਾਂ ਆਮ ਰੁਟੀਨ ਲਾਈਫ ਦੇ ਵਿੱਚ ਸੋਸ਼ਲ ਲਾਈਫ ਦੇ ਵਿੱਚ ਵੀ ਇਹਨਾਂ ਸ਼ਬਦਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਇਹ ਬਹੁਤ ਫੀਲ ਕਰਦੇ ਨੇ ਬਹੁਤ ਇਹਨਾਂ ਬੱਚਿਆਂ ਨੂੰ ਮੈਨੂੰ ਬਹੁਤ ਸਾਰੇ ਇਸ ਤਰ੍ਹਾਂ ਦੇ ਮੈਸੇਜ ਆਏ ਨੇ ਕਾਫੀ ਕਿ ਤੁਸੀਂ ਇਸ ਤੇ ਗੱਲਬਾਤ ਜਰੂਰ ਕਰਿਓ ਕਦੇ ਕਿ ਇਹ ਸ਼ਬਦ ਨੇ ਜਿਹੜੇ ਕਿ ਸਾਨੂੰ ਬਹੁਤ ਬਹੁਤ ਜ਼ਿਆਦਾ ਦੁਖੀ ਕਰਦੇ ਤਾਂ ਇਹਨਾਂ ਚੀਜ਼ਾਂ ਤੋਂ ਵੀ ਮਤਲਬ ਕਿ ਸਾਨੂੰ ਅਪੀਲ ਹੀ ਹੈ ਇੱਕ ਸਾਰਿਆਂ ਨੂੰ ਜਿਹੜੇ ਦੇਖ ਰਹੇ ਨੇ ਕਿ ਕਿਰਪਾ ਕਰਕੇ ਇਹ ਜੇ ਸ਼ਬਦਾਂ ਤੋਂ ਅਸੀਂ ਗੁਰੇਜ਼ ਕਰੀਏ ਇਹ ਗਗਨ ਨਾਲ ਥੋੜੀਆਂ ਹਲਕੇ ਫੁਲਕੀਆਂ ਹੋਈਆਂ ਪਰ ਉਸ ਤੋਂ ਬਾਅਦ ਜਦੋਂ ਸਾਡੇ ਸਕੂਲ ਦੇ ਵਿੱਚ ਆਇਆ ਤਾਂ ਮਤਲਬ ਸਾਡੇ ਬੱਚਿਆਂ ਨੇ ਇਹਨੂੰ ਸਮਝਿਆ ਕਿ ਇਹ ਇਹਦੀਆਂ ਪ੍ਰੋਬਲਮ ਦੇ ਵਿੱਚ ਇਹਦਾ ਕੋਈ ਕਸੂਰ ਨਹੀਂ ਹੈਗਾ ਤਾਂ ਉਹਨੂੰ ਐਕਸੈਪਟ ਕੀਤਾ ਹੁਣ ਇਹ ਆਮ ਰੂਟੀਨ ਜਿਹੜੇ ਨਾਰਮਲ ਬੱਚਿਆਂ ਦੀ ਤਰ੍ਹਾਂ ਹੀ ਬਿਹੇਵ ਕਰਦਾ ਤੇ ਉਹ ਬੱਚੇ ਵੀ ਇਹਦੇ ਨਾਲ ਓਦਾਂ ਹੀ ਟ੍ਰੀਟ ਕਰਦੇ ਨੇ ਈਵਨ ਕੇ ਉਹ ਜ਼ਿਆਦਾ ਇਹਨੂੰ ਮੋਹ ਪਿਆਰ ਕਰਦੇ ਨੇ ਅੱਛਾ ਹਾਂ ਅੱਛਾ ਗਗਨ ਫਿਰ ਤੁਹਾਨੂੰ ਬੱਚੇ ਆ ਕੇ ਦੱਸਦੇ ਨੇ ਕਿ ਅੱਜ ਮੈਂ ਤੇਰੀ ਵੀਡੀਓ ਦੇਖੀ ਯਾਰ ਬੜੀ ਵਾਇਰਲ ਹੈ ਹਾਂਜੀ ਸਰ ਦੱਸਦੇ ਨੇ ਖੁਸ਼ੀ ਹੁੰਦੀ ਫਿਰ ਉਦੋਂ ਹਾਂਜੀ ਸਰ ਹੁੰਦੀ ਖੁਸ਼ੀ ਪਰ ਸਰ ਮੈਂ ਇਹਨਾਂ ਸਰ ਵਰਗਾ ਕੋਈ ਅਧਿਆਪਕ ਨਹੀਂ ਦੇਖਿਆ ਨਹੀਂ ਸਰ ਇਹਨਾਂ ਇਹਨਾਂ ਦੀ ਖੁਸ਼ੀ ਇਹਨਾਂ ਦਾ ਪਿਆਰ ਇਹਨਾਂ ਦਾ ਸਕਾਰ ਇਹਨਾਂ ਦਾ ਮੂਹ ਮੈਂ ਅੱਜ ਤੱਕ ਕਿਸੇ ਦਾ ਨਹੀਂ ਦੇਖਿਆ ਹੂੰ ਵਾਕਈ ਬੜੀ ਵੱਡੀ ਗੱਲ ਹੁੰਦੀ ਆ ਸਰ ਤੁਹਾਨੂੰ ਵੀ ਅਪਰੀਸ਼ੀਏਟ ਕਰਦੇ ਆ ਕਿ ਤੁਸੀਂ ਇਸ ਬੱਚੇ ਨਾਲ ਇੰਨਾ ਕਰਦੇ ਹੋ ਆਮ ਤੌਰ ਤੇ ਅਸੀਂ ਦੇਖਦੇ ਆ ਕਿ ਜਦੋਂ ਬੱਚੇ ਜਿਆਦਾ ਸਪੈਸ਼ਲ ਬੱਚੇ ਹੋਣ ਤਾਂ ਉਹਨਾਂ ਨੂੰ ਦੂਜੇ ਸਕੂਲਾਂ ਦੇ ਵਿੱਚ ਪੜਾਇਆ ਜਾਂਦਾ ਤੁਸੀਂ ਇਹ ਬੱਚੇ ਨੂੰ ਨਾਲ ਇਹਨਾਂ ਬੱਚਿਆਂ ਦੇ ਪੜਾ ਰਹੇ ਹੋ ਤਾਂ ਫਿਰ ਮਿਹਨਤ ਵੀ ਲੱਗਦਾ ਕਿ ਵੱਧ ਲੱਗਦੀ ਆ ਹਾਂਜੀ ਇਹ ਇਹ ਤਾਂ ਬਿਲਕੁਲ ਦੀ ਮਨਪ੍ਰੀਤ ਜੀ ਕਿਉਂਕਿ ਇਹ ਬੱਚੇ ਨਾ ਡਬਲ ਇੰਟੈਂਸ਼ਨ ਪਾਲਦੇ ਆ ਤੁਹਾਡੇ ਤੋਂ ਤੇ ਬਤੌਰ ਟੀਚਰ ਮੈਨੂੰ ਲੱਗਦਾ ਹੈ ਕਿ ਮੇਰਾ ਫਰਜ਼ ਵੀ ਹੈ ਮੇਰੀ ਡਿਊਟੀ ਵੀ ਬਣਦੀ ਹੈ ਕਿ ਉਸ ਤੋਂ ਇਲਾਵਾ ਇਹ ਹੈ ਕਿ ਇਹ ਬੱਚੇ ਦਾ ਮੇਰੇ ਨਾਲ ਲगाव ਸੀਗਾ ਮਤਲਬ ਕਿ ਚਲੋ ਬੱਚੀ ਬੱਚਿਆਂ ਨਾਲ ਵੀ ਸਾਡਾ ਪੂਰਾ ਲगाव ਹੈ ਕੋਈ ਇਦਾਂ ਦੀ ਹੈ ਨਹੀਂਗੀ ਇਹਦੇ ਅੰਦਰ ਜਿਹੜੀ ਅੰਦਰ ਚੀਜ਼ ਹੈ ਮੈਨੂੰ ਉਹ ਅਪੀਲ ਕਰਦੀ ਹੈ ਕਿ ਇਹ ਬੱਚਾ ਨਾ ਕੁਝ ਸਿੱਖਣਾ ਚਾਹੁੰਦਾ ਹੈ ਹਰ ਵਕਤ ਸਿੱਖਣਾ ਚਾਹੁੰਦਾ ਹੈ ਤਾਂ ਉਹੀ ਮੈਂ ਮਤਲਬ ਮੈਨੂੰ ਲੱਗਦਾ ਸੀ ਕਿ ਮੈਂ ਮੇਰਾ ਫਰਜ਼ ਹੈ ਤੇ ਫਿਰ ਕਿਉਂ ਨਾ ਇਹਨੂੰ ਕੁਝ ਸਿਖਾਇਆ ਜਾਵੇ ਸਕੰਦਰੀ ਕਲਾ ਹੈ ਬਹੁਤ ਹਾਂ ਅੱਛਾ ਗਗਨ ਫਿਰ ਸ਼ੌਂਕ ਕੀ ਕੀ ਨੇ ਹੋਰ ਬੇਸ਼ੱਕ ਸਰ ਇਹ ਐਸਐਸਟੀ ਦੇ ਟੀਚਰ ਨੇ ਪਰ ਮੈਂ 뮤ਜ਼ਿਕ ਦੀਆਂ ਕਲਾਸਾਂ ਲਾ ਰਿਹਾ ਹੁਣ ਕਿਹਨਾਂ ਕੋਲ ਵੈਸੇ ਮੈਂ ਰੁੜਕੀ ਲਾ ਰਿਹਾ ਜੀ ਅੱਛਾ ਮੇਰੇ ਬਾਬਾ ਜੀ ਨੇ ਰੁੜਕੀ ਦੇ ਬਾਬਾ ਜੀ ਨੇ ਸਰਬਜੀਤ ਉਹਨਾਂ ਕੋਲੋਂ ਮੈਂ ਨਾ 뮤ਜ਼ਿਕ ਦੀਆਂ ਕਲਾਸਾਂ ਲਾ ਰਿਹਾ ਬੇਸ਼ੱਕ ਇਹ ਆਪਣੇ ਐਸਐਸਟੀ ਦੇ ਟੀਚਰ ਨੇ ਪਰ ਮੈਂ ਇਹਨਾਂ ਵਰਗਾ 뮤జిక్ ਟੀਚਰ ਬਣਨਾ ਚਾਹੁੰਨਾ। ਅੱਛਾ, ਇਨਸਾਨ ਇਹਨਾਂ ਵਰਗੇ ਬਣਨਾ ਚਾਹੁੰਨੇ ਆ। ਹਾਂਜੀ, ਇਹਨਾਂ ਵਰਗਾ ਟੀਚਰ ਬਣਨਾ ਚਾਹੁੰਨਾ 뮤జిక్। ਅੱਛਾ, ਸ਼ੌਂਕ ਕੀ ਕੀ ਨੇ? ਤੁਸੀਂ 뮤జిక్ ਕਰਦੇ ਹੋ? 뮤జిక్ ਦਾ ਵੀ ਸ਼ੌਂਕ ਹੈ? ਹਾਂਜੀ ਸਰ, ਜੇ ਕਹਾਂ ਤਾਂ ਮੈਂ ਹਰਮੋਨੀਅਮ ਮੇਰੇ ਕੋਲ ਹੈਗਾ। ਜੇ ਮੰਗਵਾਉਣਾ ਤਾਂ ਮੰਗਵਾ ਲੀਨੇ। ਉਹ ਆਪਾਂ ਬਾਅਦ ਚ ਮੰਗਵਾ ਲਾਂਗੇ। ਉਦਾਂ ਗੀਤ ਸੁਣਾ ਦਿਓ ਕੋਈ ਸੁਣਾਉਣਾ ਤਾਂ। ਹੋ ੴ ਸਤਗੁਰ ਪ੍ਰਸਾਦ ਕੋਈ ਇੱਕ ਵਾਰੇ ਕੋਈ ਦੋ ਵਾਰੇ ਤੂੰ ਦੇਸ਼ ਕਾਮ ਤੋਂ ਸਤ ਵਾਰੇ ਤੂੰ ਦੇਸ਼ ਕਾਮ ਤੋਂ ਸਤ ਵਾਰੇ ਸਤ ਵਾਰ ਕੇ ਕਹਿਨਾ ਸਤ ਵਾਰ ਕੇ ਕਹਿਨਾ ਪਾਣਾ ਮਿੱਠਾ ਲੱਗ ਤੇਰਾ ਸਰਬਸਦਾਨੀਆ ਵੇ ਤੇਰਾ ਕੌਣ ਦੇਊਗਾ ਦੇਣਾ ਸਰਵੰਸਦਾਨੀਆਂ ਵੇ ਤੇਰਾ ਕੌਣ ਦੇਊਗਾ ਦੇਣਾ ਚਾਰ ਪੁੱਤ ਵਾਰੇ ਪੰਦਮੀ ਮਾਵਾਰੀ ਛੇ ਮਾਪ ਬਾਪ ਬਾਰਿਆ ਸਤਵਾਂ ਆਪ ਬਾਰਿਆ ਸਤ ਵਾਰ ਕੇ ਕਹਿਨਾ ਸਤ ਵਾਰ ਕੇ ਕਹਿਨਾ ਪਾਣਾ ਮਿੱਠਾ ਲਾਕ ਤੇਰਾ ਸਰਵੰਸਦਾਨੀਆਂ ਵੇ ਤੇਰਾ ਕਾਣ ਦੇਊਗਾ ਦੇਣਾ ਸਰਵਸਦਾਨੀਆਂ ਵੇ ਤੇਰਾ ਕਾਣ ਦੇਊਗਾ ਦੇਣਾ ਗੁਰਦਾਸ ਮਾਨ ਫੇਵਰਟ ਹੈ ਲੱਗਦਾ ਤੁਹਾਡੇ ਹਾਂਜੀ ਸਰ ਤੇ ਇੱਕ ਗੁਰਦਾਸ ਮਾਨ ਦਾ ਹੋਰ ਸੀ ਗੀਤ ਹੋ ਕਗਰੇ ਵਿਗ ਗਏ ਫਲਕਕਾਰੀਆਂ ਵੀ ਗਈਆਂ ਕੰਨਾਂ ਵਿੱਚ ਕੋਕਰੂ ਤੇ ਬਾੜੀਆਂ ਵੀ ਗਈਆਂ ਕੁੰਡ ਵੀ ਗਏ ਤੇ ਕੁੰਡ ਵਾਲੀਆਂ ਵੀ ਗਈਆਂ ਹੁਣ ਚੱਲ ਪੇ ਬਲਾਈਤੀ ਬਾਣੇ ਓ ਕੀ ਬਣ ਦੁਨੀਆ ਦਾ ਸੱਚੇ ਪਖਸ਼ਵਾਗੁਰੂ ਜਾਣੇ ਕੀ ਬਣ ਦੁਨੀਆ ਦਾ ਹੋ اچھا ਸਰ ਮੈਂ ਬੱਚੇ ਦੀਆਂ ਗੱਲਾਂ ਤੋਂ ਹਿਸਾਬ ਲਾਇਆ ਜਾਂ ਕਵਿਤਾਵਾਂ ਹੋਣ ਚਾਏ ਗੀਤ ਸੱਭਿਆਚਾਰਕ ਹੋਰ ਕਿ ਧਾਰਮਿਕ ਪਾਸੇ ਵੱਲ ਜ਼ਿਆਦਾ ਧਿਆਨ ਮਿਲ ਲੱਗਦਾ ਹਾਂ ਹਾਂਜੀ ਹਾਂਜੀ ਸਰ ਕਿਉਂਕਿ ਮੈਨੂੰ ਲੱਗਦਾ ਹੈ ਕਿ ਜਿਹੜਾ ਇਹਦਾ ਇੰਟਰਟੇਨਿੰਗ ਦਾ ਸਾਧਨ ਹੈ ਰੇਡੀਓ ਉਹ ਬਹੁਤ ਅੱਛਾ ਹੈ ਮਤਲਬ ਕਿ ਉਹ ਕਲਚਰਲ ਗੱਲਾਂ ਕਰਦੇ ਨੇ ਉਹ ਸਾਰਾ ਦਿਨ ਉੱਥੇ ਇੱਕ ਸੱਭਿਆਚਾਰ ਹੈ ਇੱਕ ਇੱਕ ਮਤਲਬ ਕਿ ਲਿਮਟ ਦੇ ਵਿੱਚ ਸਾਰਾ ਕੁਝ ਤਾਂ ਉਹ ਮਤਲਬ ਮੈਨੂੰ ਲੱਗਦਾ ਕਿ ਜਿਹ ਬੱਚੇ ਜੋ ਦੇਖਦੇ ਨੇ ਸੁਣਦੇ ਨੇ ਉਹੀ ਕਰਦੇ ਨੇ ਤੇ ਇਸ ਬੱਚੇ ਦਾ ਇਹ ਸੁਭਾਅ ਹੈ ਕਿ ਬੇਸ਼ੱਕ ਦੂਜੀ ਚੀਜ਼ਾਂ ਨਹੀਂ ਦੇਖਦਾ ਮੋਬਾਈਲ ਜਾਂ ਟੀਵੀ ਨੂੰ ਮਨਾਹੀ ਕੀਤੀ ਹੋਈ ਹੈ ਤੇ ਰੇਡੀਓ ਸੁਣਦਾ ਉਹਦਾ ਇਹਦੇ ਤੇ ਬਹੁਤ ਪ੍ਰਭਾਵ ਹੈ ਅੱਛਾ ਰੇਡੀਓ ਤੇ ਗਗਨ ਕੀ ਕੀ ਸੁਣਨੇ ਹੈ ਸਰ ਜਲੰਧਰ ਜਲੰਧਰ ਕਿੰਦਰ ਸੁਣਦਾ ਤੇ ਪਟਿਆਲਾ ਤੇ ਚੰਡੀਗੜ੍ਹ ਤੇ Shimla ਕੀ ਕੀ ਸੁਣਦੇ ਹੋ ਜਿਆਦਾ ਸਰ ਮੈਂ ਜਿਆਦਾ ਤਾਂ ਖਬਰਾਂ ਸੁਣਦਾ ਅੱਛਾ ਖਬਰਾਂ ਚ ਮੈਂ ਕਈ ਵਾਰੀ ਦੇਖਦਾ ਉਹਨਾਂ ਮੈਨੂੰ ਮਹਿਸੂਸ ਹੁੰਦਾ ਕਈ ਵਾਰੀ ਕਈ ਵਾਰੀ ਖਬਰਾਂ ਹੁੰਦੀਆਂ ਨੇ ਸਰ ਵੀ ਆਏ ਹੋ ਗਿਆ ਕੁਸ਼ ਹੋ ਗਿਆ ਵੀ ਕਿਸੇ ਦੇ ਸਾਡ ਸੁੱਕ ਬਜੀ ਉਹ ਤਾਂ ਮੈਨੂੰ ਬਹੁਤ ਮਹਿਸੂਸ ਹੁੰਦਾ ਕੋਈ ਬਾਰੇ ਗੱਲ ਕੋਈ ਸੈਕਦਾ ਕੋਈ ਹੈ ਨਹੀਂ ਹੈ ਕੋਈ ਵੀ ਖੋਤ ਹੋ ਗਿਆ ਇਸ ਕਰਕੇ ਸਰ ਮੈਨੂੰ ਬਹੁਤ ਮਹਿਸੂਸ ਗੱਲਾਂ ਲੱਗਦੀਆਂ ਹਨ ਹਾਂ ਅੱਛਾ ਗੱਲ ਕਰਾਂ ਫਿਰ ਸਕੂਲ ਤੋਂ ਇਲਾਵਾ ਸਰ ਦੇ ਨਾਲ ਜਾਂਦੇ ਹੋ ਕਿਤੇ ਬਾਹਰ ਘੁਮਣ ਸਰ ਇਹਨਾਂ ਨੇ ਮੈਨੂੰ ਬੋਲਣਾ ਸਿਖਾਇਆ ਤੇ ਇਹਨਾਂ ਨੇ ਮੈਨੂੰ ਪੜਨਾ ਸਿਖਾਇਆ ਤੇ ਇਹਨਾਂ ਨੇ ਸਿਸ਼ਟੇ ਮੈਨੂੰ ਬੋਲਣਾ ਸਿਖਾਇਆ ਖੜਨਾ ਸਿਖਾਇਆ ਤੇ ਮੈਨੂੰ ਕੰਪੀਟੀਸ਼ਨਾਂ 'ਚ ਵੀ ਲੈ ਕੇ ਜਾਂਦੇ ਰਹਿੰਦੇ ਸਰ ਇਹ ਅੱਛਾ ਕਿਤੇ ਵੀ ਕੰਪੀਟੀਸ਼ਨ ਹੋਣ ਉੱਥੇ ਵੀ ਸਰ ਇਹ ਮੈਨੂੰ ਲੈ ਕੇ ਜਾਂਦੇ ਰਹਿੰਦੇ ਅਨ ਅੱਛਾ ਸਰ ਫਿਰ ਜਿਵੇਂ ਬੱਚੇ ਨਾਲ ਲਗਾ ਬੱਚੇ ਦਾ ਤੁਹਾਡੇ ਨਾਲ ਆ ਤੁਹਾਡਾ ਸੁਭਾਵਕ ਹੈ ਕਿ ਬੱਚੇ ਨਾਲ ਵੀ ਹੋਏਗਾ ਜਿਵੇਂ 8ਵੀਂ ਹੈ 8ਵੀਂ ਕਰਨ ਤੋਂ ਬਾਅਦ ਚਲਾ ਜਾਏਗਾ ਕਈ ਵਾਰੀ ਕਿਆਲ ਹੁੰਦਾ ਤਾਂ ਲੱਗਦਾ ਕਿ ਦੁੱਖ ਯਾਰ ਬੱਚਾ ਜਿਹਦੇ ਨਾਲ ਇੰਨਾ ਕੁਝ ਕੀਤਾ ਆਪ ਉਹਨੂੰ ਪਾਲਿਆ ਆਪ ਪੜਾਇਆ ਆਪ ਸਿਖਾਇਆ ਉਹਨੂੰ ਸਾਰਾ ਕੁਝ ਬਿਲਕੁਲ ਜੀ ਇਹ ਬੜੇ ਜਜ਼ਬਾਤੀ ਪਲ ਹੋਣਗੇ ਮੈਨੂੰ ਲੱਗਦਾ ਜਿਹੜੇ ਆਉਣਗੇ ਕਿਉਂਕਿ ਇੰਨਾ ਲਗਾਵ ਬਹੁਤ ਲਗਾਵ ਐਸ ਬੱਚੇ ਨਾਲ ਅ ਜਿਸ ਦਿਨ ਛੁੱਟੀ ਹੁੰਦੀ ਹੈ ਇਹਨੇ ਤਿੰਨ ਚਾਰ ਫੋਨ ਕਰਨੀ ਕਰਨੇ ਨੇ ਅੱਛਾ ਤੁਹਾਨੂੰ ਫੋਨ ਕਰਦੇ ਹਾਂ ਪੱਕਾ ਫੋਨ ਕਰਨਗੇ ਤਾਂ ਠੀਕ ਹੋ ਕੋਈ ਵੀ ਮ ਇਤਿਹਾਰ ਹੈ ਕੋਈ ਵੀ ਛੁੱਟੀ ਮਤਲਬ ਕਿ ਦਿਨ ਹੈਗਾ ਇਹਨੇ ਉਹਨੂੰ ਮਤਲਬ ਕਿ ਸੈਲੀਬ੍ਰੇਟ ਵੀ ਕਰਨਾ ਹੈ ਤੇ ਬਿਸ਼ਵੀ ਕਰਨਾ ਹੈ ਅੱਛਾ ਤਾਂ ਇੰਨਾ ਲਗਾਵ ਮੈਨੂੰ ਅੱਜ ਤੱਕ ਕਿਸੇ ਬੱਚੇ ਨਾਲ ਨਹੀਂ ਹੋਇਆ ਜਿੰਨਾ ਮਤਲਬ ਇਸ ਬੱਚੇ ਨੇ ਮੈਥੋਂ ਮੋਹ ਲਿਆ ਤਾਂ ਉਹ ਪਲ ਜਿਹੜੇ ਹੋਣਗੇ ਜਜ਼ਬਾਤੀ ਹੋਣਗੇ ਜ਼ਰੂਰ ਮੇਰੇ ਲਈ ਵੀ ਹੋਣਗੇ ਮੇਰੇ ਲਈ ਖਾਸ ਹੋਣਗੇ ਸ਼ਾਇਦ ਇਹਦੇ ਲਈ ਵੀ ਹੋਣਗੇ ਬਹੁਤ ਜ਼ਿਆਦੇ ਗੁੱਸੇ ਹੋ ਜਾਂਦਾ ਕਈ ਵਾਰੀ ਮੈਂ ਗੁੱਸੇ ਨਹੀਂ ਉਲਟਾ ਮੈਨੂੰ ਮਤਲਬ ਕਿ ਕਈ ਵਾਰੀ ਕੁਛ ਦਾ ਰਹਿੰਦਾ ਵੀ ਸਰ ਤੁਸੀਂ ਮੇਰੇ ਨਾਲ ਗੁੱਸੇ ਤਾਂ ਨਹੀਂ ਕਿਤੇ ਅੱਛਾ ਸ਼ਿਕਾਇਤ ਕਰਦਾ ਕਦੇ ਕੋਈ ਨਹੀਂ ਉਦਾਂ ਦੀ ਕੋਈ ਸ਼ਿਕਾਇਤ ਨਹੀਂ ਇਹਨੂੰ ਮਤਲਬ ਕਿ ਕਿਸੇ ਬੱਚੇ ਨਾਲ ਜਾਂ ਉਦਾਂ ਦੀ ਬਸ ਸ਼ਿਕਾਇਤ ਦਾ ਮਸਲਾ ਇਹਦੇ ਲਈ ਹੀ ਹੁੰਦਾ ਹੈ ਕਿ ਸਰ ਤੁਸੀਂ ਮੇਰੇ ਨਾਲ ਬੱਦ ਤੋਂ ਬੱਦ ਟਾਈਮ ਤੁਸੀਂ ਆਏ ਨਹੀਂ ਅੱਜ ਐਦਾਂ ਨਹੀਂ ਛੋਟੀਆਂ ਛੋਟੀਆਂ ਸ਼ਿਕਾਇਤਾਂ ਨੇ ਜਦੋਂ ਛੁੱਟੀ ਕਰਨ ਲਈ ਫੋਨ ਕਰ ਦਊ ਹਾਂ ਫੋਨ ਕਰ ਦਊ ਤੈਨੂੰ ਫੋਨ ਕਰ ਦੰਦਾ ਜੇ ਦੋ ਦਿਨ ਤਿੰਨ ਦਿਨ ਛੁੱਟੀ ਲੈ ਲੀਏ ਫਿਰ ਇਹਨੂੰ ਥੋੜਾ ਚਿੰਤਾ ਹੋਏ ਨੇ ਕਿ ਸਰ ਤੁਸੀਂ ਕਿਉਂ ਨਹੀਂ ਆ ਰਹੇ ਹਾਂ अच्छा फिर जਵੇਂ ਤੁਸੀਂ ਵੀਡੀਓ ਬਣਾ ਕੇ ਪਾਉਨੇ ਹੋ ਕਈ ਵਾਰੀ ਐਵੇਂ ਵੀ ਹੁੰਦਾ ਕਿ ਸੁਭਾਵਕ ਹੀ ਆ ਜਾਂਦਾ ਤੁਸੀਂ ਸੁਭਾਵਕ ਤੌਰ ਤੇ ਬਣਾ ਲੈਨੇ ਹੋ ਹਾਂ ਬਹੁਤ ਵਾਰੀ ਹੁੰਦੇ ਕਿ ਜਿਵੇਂ ਜਿਹੜਾ ਛੁੱਟੀ ਟਾਈਮ ਹੁੰਦਾ ਹੈ ਉਦੋਂ ਇਹਦਾ ਐ ਹੁੰਦਾ ਵੀ ਮੈਂ ਸਰ ਕੋਲੇ ਜਾਵਾਂ ਤੇ ਮਤਲਬ ਮੇਰੇ ਕੋਲੇ ਆ ਜਾਂਦਾ ਬਾਕੀ ਟੀਚਰਾਂ ਕੋਲੇ ਵੀ ਜਾਂਦਾ ਵੀ ਸਰ ਕੋਲੇ ਜਾਵਾਂ ਫਿਰ ਮੈਨੂੰ ਹੁੰਦਾ ਵੀ ਇਹ ਕਈ ਵਾਰੀ ਨਾ ਤੁਸੀਂ ਦੇਖਿਆ ਹੋਣਾ ਕਿ ਭੱਜ ਕੇ ਆਉਂਦਾ ਮੈਨੂੰ ਹੁੰਦਾ ਕਿ ਜ਼ਿਆਦਾਤਰ ਮੈਂ ਇਹੀ ਗੱਲ ਕਰਨ ਲੱਗਾ ਸੀ ਵੀਡੀਓ ਤੇ ਭੱਜਿਆ ਆਉਂਦਾ ਵੀ ਉਹਦੇ ਨੇ ਗੱਲ ਹੀ ਸੁਣਾਉਣੀ ਹੁੰਦੀ ਹੈ ਕੋਈ ਨਾ ਅੱਛਾ ਫਿਰ ਭੱਜਿਆ ਆਉਂਦਾ ਵੀ ਕਿਉਂਕਿ ਤਾਜ਼ੀ ਤਾਜ਼ੀ ਕੋਈ ਗੱਲ ਸਿੱਖ ਕੇ ਤੈਨੂੰ ਆਵੇਂ ਸਰ ਨੂੰ ਜਾ ਕੇ ਸੁਣਾਦਾ ਬਸ ਕੋਈ ਉੱਥੇ ਜਾ ਕੇ ਜਾਨੀ ਕਿ ਵੇਟ ਕਰਦਾ ਰਹਿੰਦਾ ਕਦੋਂ ਗੱਡੀ ਆਵੇ ਹਾਂ ਕਦੋਂ ਮਤਲਬ ਉਹ ਗੱਡੀ ਵਾਲਾ ਤਾਂ ਸੀਨ ਹਰ ਰੋਜ਼ ਹੀ ਹੁੰਦਾ ਸਰ ਜੀ ਸਰ ਜੀ ਮੇਰੇ ਸ਼ੇਰ ਯਾਦ ਆ ਗਿਆ ਸੀ ਅੱਛਾ ਸਰ ਜੀ ਤੁਸੀਂ ਇਹ ਗੱਲ ਦਾ ਜਵਾਬ ਦੋ ਬੀ ਦੁਨੀਆ ਦੀ ਸਭ ਤੋਂ ਮਹਿੰਗੀ ਚੀਜ਼ ਕਿਹੜੀ ਹੈ ਮਹਿੰਗੀ ਚੀਜ਼ ਤਾਂ ਮਤਲਬ ਦੁਨੀਆ 'ੰਦੇ ਨੂੰ ਪੈਸੇ ਹੀ ਆ ਸਰ ਨਹੀਂ ਅੱਛਾ ਦੁਨੀਆ ਦੀ ਸਭ ਤੋਂ ਮਹਿੰਗੀ ਚੀਜ਼ ਪਿਆਰੀ ਜੁੱਤੀ ਹੁੰਦੀ ਹੈ ਜਿਹੜੀ ਬੱਚਿਆਂ ਦੀ ਜ਼ਿੰਦਗੀ ਬਣਾਉਂਦੀ ਬਣਾਉਂਦੀ ਆਪੇ ਘੜ ਜਾਂਦੀ ਆ ਵੇਰੀ ਗੁੱਡ ਮਤਲਬ ਕਿ ਜਦੋਂ ਅਸੀਂ ਮਸਲ ਜਾਣਾ ਛੁੱਟੀ ਹੋ ਗਈ ਹੈ ਤਿੰਨ ਸਾਢੇ ਦਿਨ ਹੋ ਗਏ ਨੇ ਉਸ ਤੋਂ ਬਾਅਦ ਫਿਰ ਇਹਨੇ ਸਰ ਜੀ ਸਰ ਜੀ ਗੇਟ ਤੇ ਖੜ ਜਾਣਾ ਹੈ ਗੇਟ ਤੇ ਖੜ ਕੇ ਫਿਰ ਇਹਨੇ ਵੇਟ ਕਰਨੀ ਹੈ ਫਿਰ ਰੋਕ ਕੇ ਫਿਰ ਨੇ ਕੋਈ ਨਾ ਕੋਈ ਗੱਲ ਸੁਣਾਉਣੇ ਕਰਾਉਣੇ ਸਰ ਜੀ ਇੱਕ ਸ਼ੇਰ ਹੋ ਰਿਹਾ ਲੱਗਿਆ ਸਰ ਮੈਂ ਇਹ ਕਹਿੰਦਾ ਸੀ ਵੀ ਜਿਹੜਾ ਚੁੱਪ ਹੋਵੇ ਸ਼ਾਇਦ ਗੁੰਗਾ ਹੀ ਹੋਵੇ ਅੱਛਾ ਹਾਂ ਜੀ ਠੀਕ ਹੈ ਹੋ ਸਕਦਾ ਭਾਈ ਪਤਾ ਨਹੀਂ ਬਿਲਕੁਲ ਸਰ ਹੂੰ ਬੁੱਢਾ ਤਰਾਕ ਤਰਾਕ ਹੁੰਦੇ ਹੁੰਦੇ ਹੋ ਸਕਦਾ ਸਰ ਠੀਕ ਹੈ ਵੈਰੀ ਗੁੱਡ ਬੈਠਾ ਗਗਾ ਨਾ ਬੰਨਾ ਕੀ ਚਾਹਨੇ ਹੋ ਸ਼ੌਂਕ ਕੀ ਹੈ ਤੁਹਾਡਾ ਹਮ ਸਰ ਮਿਊਜ਼ਿਕ ਟੀਚਰ ਵੀ ਮੈਂ ਸਾਰੇ ਆਪਣੇ ਜਿੰਨੇ ਵੀ ਮੇਰੇ ਵਰਗੇ ਨੇ ਖਾਸ ਕਰਕੇ ਖਾਸ ਕਰਕੇ ਇੰਨੇ ਮੇਰੇ ਵਰਗੇ ਨੇ ਜਿੰਨੇ ਵੀ ਮੇਰੇ ਹੋਰ ਦੋਸਤ ਨੇ ਕੋਈ ਵੀ ਮੇਰਾ ਮਤਲਬ ਅਸਲੀ ਦੋਸਤਾ ਉਹਨਾਂ ਨੂੰ ਵੀ ਮੈਂ ਮਿਊਜ਼ਿਕ ਸਿਖਾਉਣਾ ਚਾਹ ਰਿਹਾ ਹਾਂ ਹਾਂਜੀ ਔਰ ਬੜੀ ਕੱਢ ਕੇ ਰੱਖਦੇ ਹੋ ਤੁਸੀਂ ਬਲੇਜ਼ਰ ਪਾ ਕੇ ਰੱਖਿਆ ਹਾਂਜੀ ਸਰ ਇਹ ਤਾਂ ਮੇਰਾ ਸ਼ੁਰੂ ਤੋਂ ਹੀ ਆ ਅੱਛਾ ਇਹ ਸ਼ੁਰੂ ਤੋਂ ਹੀ ਹੈ ਔਰ ਕੱਢਣ ਦਾ ਸ਼ੌਕ ਹੈ ਹਾਂਜੀ ਸਰ ਇਹ ਤਾਂ ਮੇਰਾ ਸ਼ੁਰੂ ਜੀ ਆ ਹਾਂ ਠੀਕ ਹੈ ਅੱਛਾ ਸਰ ਅਖੀਰ ਦੇ ਵਿੱਚ ਮੈਂ ਚਾਹੁੰਦਾ ਕਿ ਜਿਵੇਂ ਤੁਸੀਂ ਇਹ ਵੀਡੀਓ ਪਾਉਂਨੇ ਹੋ ਬੱਚੇ ਦੀ ਤੁਸੀਂ ਪਹਿਚਾਣ ਇੱਕ ਦਿੱਤੀ ਵਰਲਡ ਵਾਈਲਡ ਬੱਚੇ ਨੂੰ ਬਹੁਤ سارے ਲੋਕ ਜਾਣਦੇ ਨੇ ਔਰ ਬਹੁਤ سارے ਲੋਕ ਪਿਆਰ ਕਰਦੇ ਨੇ ਇਹ ਵੀਡੀਓ ਬਣਾਉਣ ਦੇ ਨਾਲ ਅਸਰ ਕੀ ਹੋਇਆ ਕੀ ਤੁਸੀਂ ਚੇਂਜ ਮੰਨਦੇ ਹੋ ਬਹੁਤ ਸਾਰੇ ਜੀ ਸਾਨੂੰ ਨਾ ਮਨਪ੍ਰੀਤ ਜੀ ਬੜੇ ਫੋਨ ਆਉਂਦੇ ਆ ਤੇ ਲੋਕ ਨਾ ਬਹੁਤ ਮੋਟੀਵੇਸ਼ਨਲ ਮੋਟੀਵੇਸ਼ਨ ਲੈ ਰਹੇ ਮੋਟੀਵੇਟ ਹੋ ਰਹੇ ਆ ਇਹਦੇ ਆ ਸਪੀਚਸ ਤੋਂ ਤਾਂ ਉਹ ਵੀ ਸਾਡੇ ਲਈ ਕੇਸ ਹੈ ਕਿ ਕਿਉਂ ਨਾ ਇਹਨੂੰ ਕੰਟੀਨਿਊ ਰੱਖਿਆ ਜਾਵੇ ਇੱਕ ਮਹੀਨਾ ਪਹਿਲਾਂ ਮਤਲਬ ਕਿ ਇੱਕ ਬੱਚੇ ਨੇ ਮੈਨੂੰ ਰਾਤ ਨੂੰ 12 ਵਜੇ ਫੋਨ ਕੀਤਾ ਕਿ ਸਰ ਵੀ ਤੁਸੀਂ ਗਗਨ ਦੇ ਟੀਚਰ ਬੋਲ ਰਹੇ ਹੋ ਮੈਂ ਕਿਹਾ ਹਾਂਜੀ ਬਿਲਕੁਲ ਕਹਿੰਦੇ ਵੀ ਮੈਂ ਨਾਲ ਗੱਲ ਕਰਨੀ ਚਾਹੁੰਦਾ ਤੁਹਾਡੇ ਨਾਲ ਚਲੋ ਆਪਾਂ ਰੂਟੀਨ ਹੁੰਦਾ 12 ਵਜੇ ਰਾਤ ਤੇ ਹਨਾ ਤਾਂ ਮੈਨੂੰ ਸੀਗਾ ਵੀ ਬੇਟੇ ਆਪਾਂ ਕੱਲ ਨੂੰ ਗੱਲ ਕਰਾਂਗੇ ਨਹੀਂ ਕਹਣਾ ਸਰ ਵੀ ਤੁਸੀਂ ਮੇਰੀ ਗੱਲ ਸੁਣੋ ਨਹੀਂ ਮੈਂ ਸੁਸਾਈਡ ਕਰ ਲੈਣਾ ਅੱਜ ਤਾਂ ਮੈਨੂੰ ਬੜੀ ਅਚੰਭਤ ਸੀ ਮੈਂ ਬੜਾ ਹੈਰਾਨ ਹੋਇਆ ਤਾਂ ਉਸ ਤੋਂ ਬਾਅਦ ਮੈਂ ਉਹਦੇ ਨਾਲ ਕੰਟੀਨਿਊਸਲੀ ਗੱਲ ਕੀਤੀ ਉਹ ਬੱਚੇ ਦਾ ਇੱਕੋ ਹੀ ਸਵਾਲ ਸੀਗੇ ਕਿ ਮੈਨੂੰ ਗगन ਤੋਂ ਬਹੁਤ ਮੋਟੀਵੇਸ਼ਨ ਮਿਲਦੀ ਹੈ ਮੈਂ ਬਹੁਤ ਪ੍ਰੇਰਿਤ ਹੁੰਨਾ ਮੈਨੂੰ ਬੜਾ ਚੰਗਾ ਲੱਗਦਾ ਉਹਦੀਆਂ ਵੀਡੀਓਜ਼ ਦੇਖਣਾ ਤੇ ਇੱਕ ਕਾਰਨ ਇਹ ਵੀ ਹੈ ਕਿ ਮੈਂ ਅੱਜ ਤੁਹਾਡੇ ਨਾਲ ਤਾਂ ਗੱਲ ਕਰ ਰਿਹਾ ਹਾਂ ਅੱਛਾ ਵੀ ਲਾਸਟ ਮੇਰੀ ਇੱਛਾ ਸੀ ਕਿ ਮੈਂ ਗगन ਦੇ ਟੀਚਰ ਨਾਲ ਗੱਲ ਕਰਾਂ ਵੀ ਤੁਸੀਂ ਬਹੁਤ ਅੱਛਾ ਕੰਮ ਕਰਦੇ ਹੋ ਮੈਂ ਵੀ ਡਿਸੇਬਲ ਬੱਚਾ ਮੈਨੂੰ ਇੰਨੀ ਨਹੀਂ ਮਿਲਦੀ ਹੈਗੀ ਸਮਾਜ ਦੇ ਵਿੱਚ ਮਤਲਬ ਕਿ ਮੈਨੂੰ ਆਪਣੇ ਆਲੇ-ਦਾਲੇ ਤੋਂ ਆਪਣੇ ਘਰਦਿਆਂ ਤੋਂ ਉਨੀ سپورਟ ਨਹੀਂ ਮਿਲਦੀ ਜਿੰਨੀ ਤੁਸੀਂ ਇੱਕ ਬੱਚੇ ਨੂੰ ਕਰ ਰਹੇ ਹੋ ਫਿਰ ਚਲੋ ਉਹਨੂੰ ਥੋੜਾ ਮੋਟੀਵੇਟ ਕੀਤਾ ਤੇ ਲਗਾਤਾਰ ਉਹਦੇ ਨਾਲ ਕੰਟੀਨਿਊਸਲੀ ਗੱਲਬਾਤ ਕੀਤੀ ਤਾਂ ਉਹ ਬੱਚਾ ਅੱਜ ਠੀਕ ਹੈ ਮੈਨੂੰ ਲੱਗਦਾ ਹੈ ਕਿ ਮੇਰੀ ਜ਼ਿੰਦਗੀ ਦਾ ਸਭ ਤੋਂ ਮੇਨ ਜਿਹੜਾ ਕੰਮ ਸੀਗਾ ਉਹ ਹੋ ਚੁੱਕਿਆ ਹੈ ਕਿ ਅਸੀਂ ਸਾਡੀ ਵੀਡੀਓ ਨੇ ਇੱਕ ਬੱਚੇ ਦੀ ਜਾਨ ਬਚਾ ਲਈ ਹੈ ਇਸ ਤੋਂ ਵੱਡੀ ਗੱਲ ਹੋ ਹੀ ਨਹੀਂ ਸਕਦੀ ਤਾ ਇਹ ਇੱਕ ਗੱਲ ਨਸੀਗਾ ਕਿ ਲੋਕ ਬਹੁਤ ਇਹਦੀਆਂ ਗੱਲਾਂ ਤੋਂ ਮੋਟੀਵੇਟ ਹੁੰਦੀਆਂ ਨੇ ਕਿਉਂਕਿ ਸੋਸ਼ਲ ਮੀਡੀਆ ਤੇ ਬਹੁਤ ਕੁਝ ਹੋਰ ਵੀ ਚੱਲ ਰਿਹਾ ਫਿਰ ਕਿਉਂ ਨਾ ਅਸੀਂ ਅੱਗੇ ਆਈਏ ਤੇ ਇਸ ਤਰ੍ਹਾਂ ਦੀਆਂ ਕੋਈ ਐਕਟੀਵਿਟੀਜ਼ ਕਰੀਏ ਜਿਹੜੀਆਂ ਕਿ ਸਮਾਜ ਨੂੰ ਸੇਧ ਦੇ ਸਕਣ ਮੋਟੀਵੇਟ ਕਰ ਸਕਣ ਬੜੀ ਚੰਗੀ ਅਸੀਂ ਮਤਲਬ ਕਰ ਰਹੇ ਤੰਗੀ ਗੱਲ ਹੈ ਅੱਛਾ ਗਗਨ ਇੰਟਰਵਿਊ ਖਤਮ ਕਰਨ ਲੱਗੇ ਆ ਲਾਸਟ ਚ ਕਹਿਣਾ ਕੁਝ ਸਰ ਹਾਂਜੀ ਨਕਮੇ ਹੁੰਦੇ ਨੇ ਉਹ ਲੋਕ ਜੋ ਸ਼ਿਕਵਾ ਕਰਨ ਮੁਕਤਰਾ ਦਾ ਉੱਗਣ ਵਾਲੇ ਦਾ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਸੀਨਾ ਪਾੜ ਕੇ ਪੱਥਰ ਦਾ ਸਰ ਇਸ ਦਾ ਮਤਲਬ ਹੈ ਵੀ ਵੀ ਆਪਣੀ ਕਿਸਮਤ ਤੇ ਨਾ ਦੋਸਤ ਰੋਇਆ ਕਰੋ ਵੀ ਆਪਣੀ ਕਿਸਮਤ ਜਿਨੇ ਜਿਨੇ ਉਗਣਾ ਹੁੰਦਾ ਉਹ ਤਾਂ ਪੱਥਰ 'ਚ ਵੀ ਉਗ ਪੈਂਦਾ ਬਹੁਤ ਵਧੀਆ ਲੱਗਾ ਗਗਨ ਤੁਹਾਡੇ ਨਾਲ ਮੁਲਾਕਾਤ ਕਰਕੇ ਬੜੀਆਂ ਸੋਹਣੀਆਂ ਗੱਲਾਂ ਕਰਦੇ ਹੋ ਤਾਂ ਐਵੇਂ ਵੀਡੀਓ ਬਣਾਉਂਦੇ ਰਿਹਾ ਕਰੋ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਰ ਤੁਹਾਡਾ ਵੀ ਤਾਂ ਇਹ ਬੱਚਾ ਹੈ ਗਗਨ ਔਰ ਇਹਨਾਂ ਦੇ ਮਾਸਟਰ ਨੇ ਅਮਰਿਤਪਾਲ ਸਿੰਘ ਜਿਹੜੇ ਸੋਸ਼ਲ ਮੀਡੀਆ ਦੇ ਉੱਪਰ ਬੜੀਆਂ ਵਧੀਆ ਵੀਡੀਓ ਲੈ ਕੇ ਆਉਂਦੇ ਨੇ ਤਾਂ ਇਸ ਬੱਚੇ ਤੋਂ ਸਿੱਖਣ ਦੀ ਲੋੜ ਹੈਗੀ ਆ ਬੱਚੇ ਦੇ ਵਿੱਚ ਜਜ਼ਬਾ ਔਰ ਫਾਇਰ ਇੰਨੀ ਜ਼ਿਆਦਾ ਹੈਗੀ ਆ ਕਿ ਜਿਹੜੇ ਲੋਕ ਆਪਣੀ ਕਿਸਮਤ ਦੇ ਉੱਪਰ ਸ਼ਿਕਵਾ ਕਰਦੇ ਨੇ ਰੱਬ ਨੂੰ ਕੋਸਦੇ ਨੇ ਉਹ ਲੋਕ ਇਸ ਬੱਚੇ ਤੋਂ ਸਿੱਖਣ ਕਿ ਕਿੰਨਾ ਜ਼ਿਆਦਾ ਡਿਸੇਬਲ ਹੋਣ ਦੇ ਬਾਵਜੂਦ ਬੱਚੇ ਦੇ ਵਿੱਚ ਸਿੱਖਣ ਦੀ ਕਿੰਨੀ ਜ਼ਿਆਦਾ ਕਲਾ ਹੈਗੀ ਆ ਔਰ ਕਿੰਨਾ ਜ਼ਿਆਦਾ ਹੌਸਲਾ ਹੈਗਾ ਔਰ ਦੂਜੇ ਪਾਸੇ ਅਜਿਹੇ ਅਧਿਆਪਕ ਜਿਹੜੇ ਨੇ ਉਹ ਸਾਰੇ ਸਕੂਲਾਂ ਦੇ ਵਿੱਚ ਹੋਣੇ ਚਾਹੀਦੇ ਨੇ ਅਧਿਆਪਕਾਂ ਨੂੰ ਅੱਗੇ ਆਉਣਾ ਚਾਹੀਦਾ ਔਰ ਅਜਿਹੇ ਬੱਚਿਆਂ ਦੇ ਨਾਲ ਜਿਹੜਾ ਸਪੈਸ਼ਲ ਟ੍ਰੀਟ ਕਰਨਾ ਚਾਹੀਦਾ ਤਾਂ ਜੋ ਇਹ ਵੀ ਬੱਚੇ ਆਮ ਬੱਚਿਆਂ ਵਾਂਗ ਜ਼ਿੰਦਗੀ ਜੀ ਸਕਣ ਕੈਮਰਾਮੈਨ ਬ੍ਰਿੰਦਰ ਮਹਿਰਾ ਦੇ ਨਾਲ ਮਨਪੀ ਸਿੰਘ ਕਾਲੋਂ ਜਗਬਾਣੀ ਟੀਵੀ ਫਤਗੜ ਸਾਹਿਬ